لله وكفى وسلام على عباده الذين استقاموا ما بعد قول بالله السميع العليم من الشيطان الرجيم بسم الله الرحمن الرحيم إنما يريد الله ليذهب عنكم الرجس أهل البيت ويطهركم تطهيرا ولا تقولوا لمن يقتل في سبيل الله أموات بل أحياء ولكن لا تشعرون لا أسألكم عليه أجرا إلا المودة في القربى يا أيها الذين آمنوا اتقوا الله وكونوا مع الصادقين إن الله وملائكته يصلون على النبي يا أيها الذين آمنوا صلوا عليه وسلموا تسليما اللهم صل على محمد وعلى آل محمد ہزاراں دا اجتماع ہے کملی والے محبوب دا نام سن کے درود پڑھیے سینے ٹھنڈ پہ جائے قیامت نوں حوضِ کوثر تو منہ وچ کھنڈ پہ جائے جنہ مجمع ہے نا میرا ایمان ہے جے تسی اج ایتھے درود پڑھ لو تے اللہ کسے چیز دی تھوڑ بھی نہیں چھڑے گا لوڑ بھی نہیں چھڑے گا جدوں میں حضور دا نام لواں تے حضور دے نوکر میرے نبی دے مرید اپنے مرشد خانے دا ذکر سن کے تے ذرا پیار نہ ضرور پڑھنا ہے ولی کامل شیر پنجاب مولانا منظور احمد صاحب اللہ انہوں دی عمر چ برکت فرمائے وہ اکثر اپنی تقریر چ 100 مرتبہ میرے صاحب نال 200 مرتبہ کہندے ہوندے نے کہ میرے مرشد تے درود پڑھو تے تسی جنے بیٹھے ہو نا انہوں دا آخری خطاب ہونا ہے تے انہوں تو پہلو ذرا میں بھی جڑا تانوں یہ بیدار کر رہے ہیں کہ درود پڑھیا کرو اینا مجمع ہزاراں دا آواز کم زا کم جڑی 5 ستمبر نو کانفرنس ہوئی ہے گلہ منڈی چ بلال تبسم صاحب والی اوتھوں تک تے آواز جاوے نا بھی اج ندا السلام چوں درود دی ندا آ رہی ہے تے اللہم صلی علی محمد وعلی آل محمد اچھا بھی جڑے حضور دا کلمہ پڑھ دیں رات کھڑے کرو ہمیں پتہ لگے جدا رشتہ مدینے والے نال وہ اپنے نبی تے درود نہیں پڑھ دو تے بخیل تے اللہ نے اودی دوائی کوئی قبول نہیں کرنی تے کنا مجمع تاڑی آواز کم زا کم اے سی ڈی والے نوں پتہ لگے کہ مجمع بیدار ہے اللہم صلی علی محمد وعلی آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد میرا
ਹਾਦੀ ਮੇਰਾ ਮੁਰਸ਼ਦ ਹਸਨੈਨ ਦਾ ਨਾਨਾ ਏ। ਸਾਰਿਆਂ ਮਿਲ ਕੇ ਕਹਿਣਾ ਈ ਮੇਰਾ ਹਾਦੀ ਮੇਰਾ ਮੁਰਸ਼ਦ ਹਸਨੈਨ ਦਾ ਨਾਨਾ ਏ। ਜਿਨ੍ਹਾਂ ਹਜ਼ੂਰ ਨੂੰ ਮੁਰਸ਼ਦ ਮੰਨਿਆ ਏ ਇਨਸ਼ਾਅੱਲਾ ਕਿਆਮਤ ਨੂੰ ਮੇਰੇ ਨਬੀ ਦੇ ਪਿੱਛੇ ਜੰਨਤ ਚ ਜ਼ਰੂਰ ਜਾਣਗੇ। ਹੱਥ ਖੜੇ ਕਰਕੇ ਕਹੋ ਇਨਸ਼ਾਅੱਲਾ। ਮੇਰਾ ਹਾਦੀ ਮੇਰਾ ਮੁਰਸ਼ਦ ਹਸਨੈਨ ਦਾ ਨਾਮਾ ਏ। ਨੌਕਰ ਮੇਰੇ ਮੁਰਸ਼ਦ ਦਾ ਹੈ ਸਾਰਾ ਜ਼ਮਾਨਾ ਏ। ਉਹਦੀ ਗੱਲ ਨਾ ਕਰੇ ਜਿਹੜਾ ਮੇਰੇ ਭਾਈ ਉਸਤਾਦ ਗੁਰਰਾਮ ਹਾਫਿਜ਼ ਅਬਦੁਲ ਰਸ਼ੀਦ ਸਾਹਿਬ ਜ਼ਕਰੀਆ ਸਾਹਿਬ ਹਰੂਨ ਸਾਹਿਬ ਸਾਰੇ ਭਰਾ ਰੋਜ਼ ਬੱਚਿਆਂ ਨੂੰ ਇਹ ਸਬਕ ਪੜਾਉਂਦੇ ਨਹੀਂ ਤੇ ਮੈਂ ਵੀ ਅੱਜ ਯਾਦ ਕਰਾਉਣਾ। ਉਹਦੀ ਗੱਲ ਨਾ ਕਰੇ ਜਿਹੜਾ ਉਹਦੀ ਗੱਲ ਵੀ ਨਾ ਸੁਣਿਆ ਜੇ ਅਸਾਂ ਆਪਣੇ ਆ ਬੱਚਿਆਂ ਨੂੰ ਇਹੋ ਸਬਕ ਪੜਾਉਣਾ ਏ। ਇਸ ਮਦਰਸੇ ਚ ਜਿੰਨੇ ਬੱਚੇ ਪੜ੍ਹਦੇ ਅਸੀਂ ਵੀ ਆਪਣੇ ਘਰ ਚ ਆਪਣੇ ਬੱਚਿਆਂ ਨੂੰ ਸਬਕ ਯਾਦ ਕਰਾਉਣਾ ਈ। ਉਹਦੀ ਗੱਲ ਨਾ ਹਰੇ ਜਿਹੜਾ ਉਹਦੀ ਗੱਲ ਵੀ ਨਾ ਸੁਣਿਆ ਜੇ ਅਸਾਂ ਆਪਣੇ ਆ ਬੱਚਿਆਂ ਨੂੰ ਇਹੋ ਸਬਕ ਪੜਾਉਣਾ ਏ। ਕੀ ਸਬਕ? ਮੇਰਾ ਹਾਦੀ ਮੇਰਾ ਮੁਰਸ਼ਦ ਹਸਨੈਨ ਦਾ ਨਾਨਾ ਏ। ਹੱਥ ਖੜੇ ਕਰਕੇ ਕਹੋ ਸਾਡਾ ਮੁਰਸ਼ਦ ਕੌਣ ਏ? ਜਿੰਨਾ ਮਜਮਾ ਹੈ ਨਾ ਮੈਨੂੰ ਉਮੀਦ ਏ ਕਿ ਇਨਸ਼ਾਅੱਲਾ ਇਹ ਕਮਲੀ ਵਾਲੇ ਮਹਿਬੂਬ ਦੇ ਮਰੀਦ ਬੈਠੇ ਤੋਹੀਦੋ ਸੁਨਤ ਦੇ ਪ੍ਰਵਾਨੇ ਬੈਠੇ ਨੇ। ਮੈਂ ਕਹਿੰਦਾ ਆਪਣੇ ਤੇ ਆਪਣੇ ਨੇ ਗੈਰਾਂ ਨੇ ਵੀ ਮੰਨਿਆ ਏ। ਸਾਰੇ ਜੱਗ ਤੋਂ ਸਖੀ ਲੋਕੋ ਹਸਨੈਨ ਦਾ ਨਾਨਾ ਏ। ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ ਮੇਰੇ ਮੌਲਾ ਕਰੀਮ ਨੂੰ ਮਾਨਣੇ ਵਾਲਿਓ, ਮੇਰੇ ਰੱਬੁਲ ਆਲਮੀਨ ਦਾ ਕਲਮਾ ਪੜਨ ਵਾਲਿਓ, ਮੇਰੇ ਮੌਲਾ ਕਰੀਮ ਨੇ ਪਰਮਾਇਆ ਵ ਜ਼ੁਹਾ ਦੇ ਚਿਹਰੇ ਵਾਲਿਆ, ਵ ਲੈਲ ਦੀਆਂ ਜ਼ੁਲਫਾਂ ਵਾਲਿਆ, ਮਾਜ਼ਾਬ ਦੇ ਕਾਜਲ ਵਾਲਿਓ, ਹਾਲ ਨਸ਼ਾ ਦੇ ਸੀਨੇ ਵਾਲਿਆ, ਸਿਰਾਜ ਮੁਨੀ ਦੇ ਚਿਹਰੇ ਵਾਲਿਆ, ਬਦਰੇ ਮੁਨੀ ਦੇ ਮਕਾਮ ਵਾਲਿਓ, ਹਾਮੀਨ ਦੇ ਕੁਨਣ ਵਾਲਿਆ, ਤਾਹਾਂ ਦੀ ਸ਼ਾਨ ਵਾਲਿਓ, ਮੁਜ਼ੰਮਲ ਦੀ ਕਮਲੀ ਵਾਲਿਆ, ਮੁਦੱਸਰ ਦੀ ਚਾਦੌੜ ਕੇ ਸੁਣ ਵਾਲਿਓ, ਵ ਮਹਾਰਮ ਮਹਿਤਾਓ, ਵ ਲਾ ਕਿਨ ਅੱਲਾ ਅਰਮਾ ਦੇ ਦੈਨੇ ਪਾਕ ਵਾਲਿਓ, ਹਮਾਰੀਅਨ ਤੇ ਕੋਨ ਹਵਾ ਦੀਆਂ ਪਾਕ ਬੁਲੀਆਂ ਵਾਲਿਓ, ਕਦਨ ਰਾਤ ਕੱਲੂ ਬਾਵਾਂ ਜੀ ਕਾ ਕਿਸਾ ਮਾਂ ਦੇ ਚਿਹਰੇ ਵਾਲਿਓ, ਯਾਸੀਨ ਵਲ ਕੁਰਾਨ ਅਲ ਹਕੀਮ ਦੇ ਤਾਜ ਵਾਲਿਓ। ਹੇ ਕਮਲੀ ਵਾਲਿਆ ਸੁਣਿਆ ਮਹਬੂਬਾ ਹਰਮਾ ਜੀ ਜਰਬੇ ਜਲੀਲ ਕੰਗੀ ਏ, ਆਓ ਮੁਸਲਮਾਨ ਨੂੰ ਅਰਜ਼ ਕਰਨਾ ਚਾਹ ਰਿਹਾ ਏ ਕਿੰਨਾ ਦਾ ਸ਼ਾਨ ਮੇਰੇ ਜ਼ੁਮੇ ਲੱਗਾ ਵੇ। ਇੰਨਾ ਮਾ ਯੁਰੀਦੁਲਾਹੁ ਯੁਜ਼ਹਿਬਾਹੁ ਅੰਕੁਮ ਰਿਜ਼ਾ ਹਲਲ ਬੈਤੀ ਵਾਯੂ ਤੰਹਿਰਾਕੁਮ ਤਤਹੀਰਾ। ਕੌਣ ਕਹਿਤਾ ਕਿ ਅਸੀਂ ਆਲੇ ਬੈਤ ਨੂੰ ਨਹੀਂ ਮੰਨਦੇ, ਸ਼ਾਨ ਆਲੇ ਬੈਤ ਦਾ ਜ਼ਿਕਰ ਨਹੀਂ ਕਰਦੇ? ਮੇਰੀ ਫਜਰ ਚ ਮੁਹੰਮਦ ਵਾਲੇ ਮੁਹੰਮਦ, ਮੇਰੀ ਜ਼ੁਹਰ ਚ ਮੁਹੰਮਦ ਵਾਲੇ ਮੁਹੰਮਦ, ਮੇਰੀ ਅਸਰ ਚ ਮੁਹੰਮਦ ਵਾਲੇ ਮੁਹੰਮਦ, ਮੇਰੀ ਮਗਰਬ ਚ ਮੁਹੰਮਦ ਵਾਲੇ ਮੁਹੰਮਦ, ਮੇਰੀ ਇਸ਼ਾ ਚ ਮੁਹੰਮਦ ਵਾਲੇ ਮੁਹੰਮਦ, ਮੇਰੀ ਤਹੱਜਦ ਚ ਮੁਹੰਮਦ ਵਾਲੇ ਮੁਹੰਮਦ, ਮੇਰੀ ਸ਼ਰਾਬ ਚ ਮੁਹੰਮਦ ਵਾਲੇ ਮੁਹੰਮਦ, ਮੇਰੀ ਚਾਸ਼ ਚ ਮੁਹੰਮਦ ਵਾਲੇ ਮੁਹੰਮਦ, ਮੇਰੇ ਜੁਮੇ ਚ ਮੁਹੰਮਦ ਵਾਲੇ ਮੁਹੰਮਦ, ਮੇਰੇ ਦਵਾ ਚ ਮੁਹੰਮਦ ਵਾਲੇ ਮੁਹੰਮਦ, ਮੇਰੇ ਖੁਤਬੇ ਚ ਮੁਹੰਮਦ ਵਾਲੇ ਮੁਹੰਮਦ, ਮੇਰੇ ਨਿਕਾਹ ਚ ਮੁਹੰਮਦ ਵਾਲੇ ਮੁਹੰਮਦ, ਮੇਰੇ ਜਨਾਜ਼ੇ ਚ ਮੁਹੰਮਦ ਵਾਲੇ ਮੁਹੰਮਦ। ਲੋਕੋ ਮੈਂ ਮੁਕਦੀ ਗੱਲ ਮੁਕਾਵਾਂ, ਉਹ ਦਵਾ ਦਵਾ ਹੀ ਨਹੀਂ ਜਿਹਦੇ ਚ ਆਲੇ ਮੁਹੰਮਦ ਤੇ ਦਰੂਦ ਨਹੀਂ ਪੜਿਆ ਜਾਂਦਾ।
ਹਸੀ ਆਲੇ ਬੈਦ ਦੇ ਇੰਨੇ ਮੁਹਿੱਬਾਂ ਹਾਜ਼ਰਾ ਇਮਾਮ ਆਲੀ ਮੁਕਾਮ ਹਸਨੈਨ ਦੇ ਨਾਲ ਨਾ ਜਾਣਨਾ ਪਿਆਰ ਕਰਨ ਵਾਲਿਓ ਕਿੰਨਾ ਦੀ ਸ਼ਾਨ ਬਿਆਨ ਕਰਨਾ ਹੈ। ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ ਹਾਜ਼ਰਾ ਆਲੇ ਤਿਉਹਾਰ ਨੂੰ ਮਾਨਣੇ ਵਾਲਿਓ ਸਿਮਰ ਕੀ ਜਾਣੇ ਹੁਸੈਨ ਦਾ ਕੀ ਮਕਾਮ ਸੀ। ਇਬਨੇ ਜ਼ਿਆਦ ਦੁਨੀਆਂ ਦਾ ਕੁੱਤਾ ਸੀ, ਸਿਮਰ ਦੁਨੀਆਂ ਦਾ ਕੁੱਤਾ ਸੀ। ਜਿਨ੍ਹਾਂ ਨਬੀ ਦੀ ਆਲ ਨੂੰ ਪਿਆਸਾ ਸ਼ਹੀਦ ਕੀਤਾ ਵੇ ਆਪਣੇ ਤੋਂ ਬਾਤ ਲੈ ਕੇ ਚੱਲਾਂਗਾ। ਅੱਜ ਸਾਰੇ ਕਹਿੰਦੇ ਨੇ ਅਸੀਂ ਆਲੇ ਬੈਦ ਨੂੰ ਮੰਨਦੇ ਹਾਂ, ਸਾਰੇ ਕਹਿੰਦੇ ਅਸੀਂ ਆਲੇ ਮੁਹੰਮਦ ਨੂੰ ਮੰਨਦੇ ਹਾਂ। ਮੇਰੇ ਨਬੀ ਨੇ ਫਰਮਾਇਆ ਫਾਤਿਮਾ ਦੁਨੀਆਂ ਦੇ ਅੰਦਰ ਮੇਰੇ ਦਿਲ ਦਾ ਟੁਕੜਾ ਹੈ, ਅਲ ਫਾਤਿਮਾ ਬਜ਼ਾ ਤੋਂ ਮਿੰਨੀ, ਫਾਤਿਮਾ ਮੇਰੇ ਦਿਲ ਦਾ ਟੁਕੜਾ ਵੇ। ਜਿਹਨੂੰ ਹੁਸੈਨ ਦੇ ਨਾਮੇ ਨੇ ਫਰਮਾਇਆ ਵੇ ਫਾਤਿਮਾ ਦਾ ਦੁੱਖ ਮੇਰਾ ਦੁੱਖ ਹੈ, ਮੇਰੀ ਧੀ ਦਾ ਦੁੱਖ ਮੇਰਾ ਦੁੱਖ ਹੈ। ਅੱਜ ਮੈਂ ਖੁੱਡੀਆਂ 'ਚ ਇੱਕ ਸਵਾਲ ਕਰਨਾ ਚਾਹੁੰਦਾ ਹੈ, ਆਪਣੇ ਆਪ ਨੂੰ ਦੀਨ ਦੇ ਠੇਕੇਦਾਰ ਕਰਾਉਂਦੇ ਜੇ, ਪੰਜ ਨਮਾਜ਼ਾਂ ਪੜ੍ਹ ਲਈਆਂ, ਦਾੜੀ ਰੱਖ ਲਈ, ਪਗੜੀ ਬੰਨ ਲਈ, ਬੱਲੇ ਬੱਲੇ ਮੇਰੇ ਵਰਗਾ ਦੀਨਦਾਰ ਕੋਈ ਨਹੀਂ, ਮੈਨੂੰ ਜ਼ਰਾ ਆਪਣੇ ਆਂਢ ਗੁਆਂਢ ਵੇਖ ਕੇ ਦੱਸੀ ਮੇਰਾ ਨਬੀ ਹੋਵੇ। ਕਹਿ ਰਿਹਾ ਫਾਤਿਮਾ ਮੇਰੇ ਦਿਲ ਦਾ ਟੁਕੜਾ ਹੈ, ਇਹਨੇ ਮੇਰੀ ਬੇਟੀ ਨੂੰ ਦੁੱਖ ਦਿੱਤਾ ਵੇ, ਗੋਇਆ ਉਹਨੇ ਮੈਂ ਮੁਹੰਮਦ ਨੂੰ ਦੁੱਖ ਦਿੱਤਾ ਹੈ। ਮੇਰਾ ਨਬੀ ਇਹ ਫਰਮਾ ਰਿਹਾ ਹੈ ਕੋਈ ਮੇਰੀ ਬੇਟੀ ਨੂੰ ਦੁੱਖ ਦੇਵੇ ਇੰਜ ਜਿਵੇਂ ਮੈਨੂੰ ਦੁੱਖ ਦਿੱਤਾ ਹੈ। ਅੱਜ ਮੈਂ ਸਵਾਲ ਕਰਾਂਗਾ, ਅੱਜ ਦੇ ਮੁਸਲਮਾਨ ਦਾ ਕਰਦਾਰ ਦੇਖ ਲਓ, ਆਪਣੀਆਂ ਜੰਮੀਆਂ ਨੂੰ ਦੁੱਖ ਆਪ ਦੇ ਰਿਹਾ ਹੈ, ਆਪਣੀਆਂ ਬੇਟੀਆਂ ਨੂੰ ਦੁੱਖ ਆਪ ਦੇ ਰਿਹਾ ਹੈ। ਖਾਂਦੇ ਪੁੱਤਰੋ ਗੂਠੇ ਲਵਾ ਲਓ, ਕਿਤੇ ਕੁੜੀਆਂ ਹਿੱਸੇ ਨਾਲ ਲੈ ਜਾਣ, ਏਡੀਆਂ ਜੁੱਤੇ ਨੂੰ ਬੇਟੀਆਂ ਪੈੜੀਆਂ ਲੱਗਦੀਆਂ ਸੀ, ਜਾਂਦੀਆਂ ਨੂੰ ਕਿਸੇ ਡੋਏ ਚ ਨੱਪ ਦਿੰਦਾ ਹੋ, ਖਾਂਦੀਆਂ ਨੂੰ ਕਿਸੇ ਨਹਿਰ ਚ ਰੋੜ ਦਿੰਦਾ ਹੋ, ਨਾ ਕੁਝ ਦੇਣਾ ਪੈਂਦਾ ਨਾ ਲੈਣਾ ਪੈਂਦਾ ਹੋ। ਪਰ ਇੱਕ ਮੇਰੀ ਗੱਲ ਯਾਦ ਰੱਖ ਲਈ, ਪੁੱਤ ਕਪੁੱਤ ਹੋ ਜਾਂਦੇ ਨੇ, ਧੀਆਂ ਮਾਪਿਆਂ ਦੀਆਂ ਬਿਮਾਰੀਆਂ ਸਾਹਮਣੇ ਦੀਆਂ ਨੇ, ਧੀਆਂ ਮਾਪਿਆਂ ਦੇ ਜਨਾਜ਼ੇ ਸਾਹਮਣੇ ਦੀਆਂ ਨੇ, ਪੁੱਤਰ ਦੋ ਮਿੰਟ ਰੋਂਦੇ ਤੇ ਚੁੱਪ ਕਰ ਜਾਂਦੇ, ਇੱਥੋਂ ਟੈਲੀਫੋਨ ਜਾਵੇ ਧੀਏ ਤੇਰਾ ਬਾਬਲ ਅੱਲਾ ਨੂੰ ਪਿਆਰਾ ਹੋ ਗਿਆ ਵੇ। ਰਾਤ ਹੀ ਖੁੱਡੀਆਂ ਤੋਂ ਤੁਰ ਪੈਂਦੀਆਂ ਨੇ, ਰਾਤ ਹੀ ਮੁਲਤਾਨੋਂ ਤੁਰ ਪੈਂਦੀਆਂ ਨੇ, ਰਾਤ ਹੀ ਚੂਣੀ ਤੋਂ ਤੁਰ ਪੈਂਦੀਆਂ ਨੇ, ਰਾਤ ਹੀ ਲਾਹੌਰੋਂ ਤੁਰ ਪੈਂਦੀਆਂ ਨੇ। ਆ ਤੇਰਾ ਕੱਚਾ ਪੱਕਾ ਟਿੰਗ ਸ਼ਾਹ ਨੂਰ ਸ਼ਾਹ ਨਬਜੀ ਨੂਰਪੁਰ ਨਹਿਰ ਦੂਰ ਤੇ ਨਹੀਂ, ਐ ਤੇਰਾ ਚੂਣੀਆਂ ਦੂਰ ਤੇ ਨਹੀਂ, ਰਾਤ ਹੀ ਗੱਡੀ ਲੈ ਕੇ ਤੁਰ ਪੈਂਦੀਆਂ ਨੇ, ਸਾਰੇ ਰਾਤ ਗੱਡੀ ਚੁੱਪ ਆਵੇ, ਖੀਆਂ ਰੋਂਦੀਆਂ ਆਉਂਦੀਆਂ ਨੇ, ਏਡੇ ਦਰਦ ਨਾਲ ਆਉਂਦੀਆਂ ਨੇ। ਅੱਜ ਮੈਨੂੰ ਪਤਾ ਲੱਗਾ ਹੈ ਮੇਰੇ ਮੁਹੰਮਦ ਕਰੀਮ ਨੇ ਕਿਉਂ ਫਰਮਾਇਆ ਫਾਤਿਮਾ ਮੇਰੇ ਦਿਲ ਦਾ ਟੁਕੜਾ ਹੈ, ਫਾਤਿਮਾ ਦਾ ਦੁੱਖ ਮੇਰਾ ਦੁੱਖ ਹੈ, ਮੇਰਾ ਦੁੱਖ ਮੇਰੀ ਬੇਟੀ ਦਾ ਦੁੱਖ ਹੈ। ਸੁਣੋ ਜ਼ਰਾ ਮੁਸਲਮਾਨ ਨੂੰ, ਮੇਰਾ ਗੱਲ ਆਪਣੇ ਸੀਨੇ 'ਚ ਉਤਾਰ ਕੇ ਲਜਾਈ, ਮੈਂ ਵੇਖਿਆ ਜੇ ਰਾਤ ਹੀ ਗੱਡੀਆਂ ਲੈ ਕੇ ਤੁਰ ਪੈਂਦੀਆਂ ਨੇ, ਸਾਰੇ ਰਾਤ ਗੱਡੀ ਚੁੱਪ ਆਵੇ, ਧੀਆਂ ਰੋਂਦੀਆਂ ਆਉਂਦੀਆਂ ਨੇ, ਏਡੇ ਦਰਦ ਨਾਲ ਆਉਂਦੀਆਂ ਨੇ, ਗਲੀਆਂ ਦੇ ਕਾਖਰਵਾ ਦਿੰਦੀਆਂ ਨੇ, ਵੇ ਬਾਬਲ ਸਾਡਾ ਚਿੜੀਆਂ ਦਾ ਚੰਬਾ ਅਸੀਂ ਉੱਡ ਪੁੱਡ ਜਾਣਾ, ਵੇ ਬਾਬਲ ਤਿਰਨਾ ਤੇ ਸਾਡੀਆਂ ਬਹਾਰਾਂ ਵੱਜਦੀਆਂ ਸੀ, ਵੇ ਬਾਬਲ ਤਿਰਨਾ ਤੇ ਸਾਡੇ ਪੇਕੇ ਵੱਜਦੇ ਸੀ, ਤੇਰੇ ਹੁੰਦਿਆਂ ਕੋਈ ਨਾ ਪੁੱਛੇ ਤੇਰੇ ਮੋਇਆ ਸਾਨੂੰ ਕੌਣ ਪੁੱਛੇ। ਪਰ ਇੱਕ ਮੇਰੀ ਗੱਲ ਯਾਦ ਰੱਖ ਲਈ, ਵੀਰਾ ਪੁੱਤ ਕਪੁੱਤ ਹੋ ਜਾਂਦੇ ਨੇ, ਧੀਆਂ ਮਾਪਿਆਂ ਦੀਆਂ ਬਿਮਾਰੀਆਂ ਸਾਹਮਣੇ ਦੀਆਂ ਨੇ, ਇੱਕ ਮੇਰੀ ਗੱਲ ਯਾਦ ਰੱਖ ਲਈ, ਪੁੱਤਰ ਦੋ ਮਿੰਟ ਰੋਂਦੇ ਚੁੱਪ ਕਰ ਜਾਂਦੇ, ਇਹਨਾਂ ਬੇਟੀਆਂ ਦੇ ਦਰਦ ਤੇਰੇ ਸਾਹਮਣੇ ਮੈਂ ਰੱਖ ਜਾਣੀ। ਮੇਰੇ ਨਬੀ ਨੇ ਆਪਣੀ ਆਲੇ ਬੈਦ ਬੇਟੀ ਨੂੰ ਪਹਿਲੇ ਕਿਹਾ ਹੈ, ਆਪਣੀ ਆਲੇ ਬੈਦ ਆਪਣੀ ਬੇਟੀ ਨੂੰ ਕਾਲੀ ਕਮਲੀ ਦੇ ਨੀਚੇ ਲੈ ਕੇ ਕਿਹਾ ਹੈ। ਖਾਲੀ ਮਹਰਮ ਆਜਨ ਤੇ ਆਲੇ ਬੈਦ ਦਾ ਜ਼ਿਕਰ, ਸਫ਼ਰ ਆਜਨ ਤੇ ਆਲੇ ਬੈਦ ਦਾ ਜ਼ਿਕਰ, ਫਿਰ ਸਾਰਾ ਸਾਲ ਛੁੱਟੀ। ਮੈਂ ਕਹਿੰਦਾ ਲੋਕੋ, ਆਲੇ ਮੁਹੰਮਦ ਦੇ ਕਰਦਾਰ ਨੂੰ ਅਪਣਾ ਲਓ, ਆਲੇ ਮੁਹੰਮਦ ਦੇ ਦੋ ਕਰਦਾਰ ਨੂੰ ਅਪਣਾ ਲਓ, ਆਲੇ ਮੁਹੰਮਦ ਦੇ ਫਰਮਾਨ ਨੂੰ ਅਪਣਾ ਲਓ, ਆਲੇ ਮੁਹੰਮਦ ਦੇ ਕਰਦਾਰ ਨੂੰ ਅਪਣਾ ਲਓ। ਜ਼ਰਾ ਨਕਸ਼ਾ ਸਮਝਾਉਣਾ ਚਾਹੁੰਦਾ ਵੀ, ਏਡੇ ਦਰਦ ਨਾਲ ਰੋਂਦੀਆਂ ਨੇ, ਗਲੀਆਂ ਦੇ ਕਾਖਰਵਾ ਦਿੰਦੀਆਂ ਨੇ, ਵੇ ਬਾਬਲ ਸਾਡਾ ਚਿੜੀਆਂ ਦਾ ਚੰਬਾ ਅਸੀਂ ਉੱਡ ਪੁੱਡ ਜਾਣਾ, ਵੇ ਬਾਬਲ ਤਿਰਨਾ ਤੇ ਸਾਡੀਆਂ ਬਹਾਰਾਂ ਵੱਜਦੀਆਂ ਸੀ, ਤਿਰਨਾ ਤੇ ਸਾਡੇ ਪੇਕੇ ਵੱਜਦੇ ਸੀ, ਤੇਰੇ ਹੁੰਦਿਆਂ ਕੋਈ ਨਾ ਪੁੱਛੇ ਤੇਰੇ ਮੋਇਆ ਸਾਨੂੰ ਕੌਣ ਪੁੱਛੇ। ਪਰ ਇੱਕ ਮੇਰੀ ਗੱਲ ਯਾਦ ਰੱਖ ਲਈ, ਪੁੱਤਰ ਯਤੀਮ ਅਮਲ ਰੁਲ ਖੁਲ ਕੇ ਵੀ ਪਲ ਜਾਂਦੇ ਨੇ, ਪੁੱਤਰ ਯਤੀਮ ਅਮਲ ਲੋਕਾਂ ਦੇ ਭਾਂਡੇ ਮਾਂਜ ਕੇ ਵੀ ਪਲ ਜਾਂਦੇ ਨੇ, ਪੁੱਤਰ ਯਤੀਮ ਅਮਲ
ਲੋਕਾਂ ਦੀਆਂ ਚਾਵਾਂ ਟੋਕੇ ਵੀ ਪਲ ਜਾਂਦੇ ਨੇ। ਅਸਲ ਚ ਤੀਆਂ ਯਤੀਮ ਹੁੰਦੀਆਂ ਨੇ, ਜਿਹੜੀਆਂ ਭਰਾਵਾਂ ਦੇ ਬੂਹਿਆਂ ਦੀਆਂ ਮਤਾਜ ਹੋ ਜਾਂਦੀਆਂ ਨੇ, ਜਿਹੜੀਆਂ ਪਰਜਾਈਆਂ ਦੇ ਬੂਹਿਆਂ ਦੀਆਂ ਮਤਾਜ ਹੋ ਜਾਂਦੀਆਂ ਨੇ। ਇਹ ਜਿਵੇਂ ਬਜ਼ੁਰਗ ਮੈਂ ਦੇਖਦਾ ਪਿਆ ਏ, ਅੱਖਾਂ ਅਸ਼ਕਬਾਰ ਨਹੀਂ, ਜਿਵੇਂ ਸਿਰ ਨੀ ਹਿਲਦੇ ਪੈ ਸਨਾਟਾ ਛਾਇਆ ਏ। ਮੈਂ ਵੇਖਿਆ ਵੀਰੋ ਪੁੱਤਰ ਯਤੀਮ ਹੋਵਣ, ਰੁਲ ਖੁਲ ਕੇ ਵੀ ਪਲ ਜਾਂਦੇ ਨੇ। ਪੁੱਤਰ ਯਤੀਮ ਹੋਵਣ, ਲੋਕਾਂ ਦੇ ਭਾਂਡੇ ਮਾਣ ਕੇ ਵੀ ਪਲ ਜਾਂਦੇ ਨੇ। ਅਸਲ ਚ ਤੀਆਂ ਯਤੀਮ ਹੁੰਦੀਆਂ ਨੇ, ਜਿਹੜੀਆਂ ਭਰਾਵਾਂ ਤੇ ਬੂਹਿਆਂ ਦੀਆਂ ਮਤਾਜ ਹੋ ਜਾਂਦੀਆਂ ਨੇ। ਮਵੀ ਬੇਟੀਆਂ ਲਾ ਤੂੰ ਵੀ ਬੇਟੀਆਂ ਵਾਲਾ ਏ, ਵਾਹ ਕਰਿਆ ਕਰ ਰੱਬਾ ਜੇ ਤੀਆਂ ਦੇਵੇ, ਬੂਹੇ ਉਠਾ ਕੇ ਜਾਣ ਦੀ ਤਪੀਕ ਦੇਵੀ। ਨਹੀਂ ਤੇ ਇੱਕ ਮੇਰੀ ਗੱਲ ਲਿਖ ਲਾ, ਜਿੱਦਣ ਤੇਰੀ ਚੂਣੀਆਂ ਚੋਂ ਮੰਜੀ ਤੁਰਨੀ ਏ, ਖੁੱਡੀਆਂ ਚੋਂ ਮੰਜੀ ਤੁਰਨੀ ਏ, ਢਿੰਗ ਸ਼ਾਹ ਤੋਂ ਮੰਜੀ ਤੁਰਨੀ ਏ, ਉਦਣ ਇੱਕ ਕਹਾਣੀ ਵੀ ਨਾਲ ਹੀ ਮੁੱਕ ਜਾਣੀ ਏ। ਤੇਰੀਆਂ ਸ਼ਹਿਜ਼ਾਦੀਆਂ ਤੀਆਂ ਤੇਰੇ ਘਰ ਦੀਆਂ ਰਾਣੀਆਂ ਨੀ ਰਹਿਣੀਆਂ, ਤੇਰੀਆਂ ਨੌਵਾਂ ਦੀਆਂ ਨੌਕਰ ਬਣ ਜਾਣੀਆਂ ਨੇ, ਤੇਰੀਆਂ ਤੀਆਂ ਦੀਆਂ ਨੌਕਰ ਬਣ ਜਾਣੀਆਂ ਨੇ, ਤੇਰਿਆਂ ਪੁੱਤਰਾਂ ਦੀਆਂ ਨੌਕਰ ਬਣ ਜਾਣੀਆਂ ਨੇ। ਇਸ ਲਈ ਤੇ ਵੀਰਾ ਗੱਲ ਪੱਲੇ ਬਣਾਉਣ ਵਾਸਤੇ, ਅਲ ਫਾਤਿਮਾ ਬਜ਼ਾ ਤੋਂ ਮਿੰਨੀ ਹਾਤਮਾ ਮੇਰੇ ਦਿਲ ਦਾ ਟੁਕੜਾ ਵੇ, ਇੱਕ ਮੇਰੀ ਗੱਲ ਲਿਖ ਕੇ ਲੈ ਜਾ, ਕਲਮਾ ਮੇਰੇ ਨਬੀ ਦਾ ਪੜ੍ਹਨਾ ਏ। ਲੋਗੋ ਫਿਰ ਮੇਰੇ ਮੁਸਤਫਾ ਦੇ ਕਰਦਾਰ ਨੂੰ ਅਪਣਾ ਲਓ, ਮੇਰੇ ਨਬੀ ਦੇ ਕਰਦਾਰ ਨੂੰ ਅਪਣਾ ਲਓ, ਫੈਸਲਾ ਤੇਰੇ ਹੱਥ ਦੇ ਅੰਦਰ ਏ। ਕਹਿੰਦੇ ਕਬਰ ਗਾਹ ਪਲਾਵੇ ਦੁਨੀਆ ਘੜੀ ਦੀ ਘੜੀ, ਜਾਇਆ ਉਮਰ ਨਾ ਗਵਾਵੀ ਮੌਤ ਸਿਰ ਤੇ ਖੜੀ, ਇੱਕ ਦਿਨ ਹੋਣੀ ਏ ਅਖੀਰ ਬਣ ਕੇ ਜਾਵੇਂਗਾ ਪੱਕੇ, ਛੱਡ ਕੇ ਖੁੱਡੀਏ ਦੀ ਜਗੀਰ, ਛੱਡ ਕੇ ਲਾਹੌਰ ਦੀ ਜਗੀਰ, ਛੱਡ ਕੇ ਕਸੂਰ ਦੀ ਜਗੀਰ, ਜਦੋਂ ਬਾਹ ਮੌਤ ਨੇ ਫੜੀ। ਤੇਰਿਆਂ ਪੁੱਤਰਾਂ ਨੇ ਕੋਲ ਖਲੋ ਕੇ ਆਖਣਾ ਏ, ਉੱਡ ਗਿਆ ਤੋਤਾ ਜਿਹੜਾ ਬੋਲੀਆਂ ਛਿਪਾਵਦਾ, ਰਹਿ ਗਿਆ ਪਿੰਜਰਾ ਖਾਲੀ ਡਰ ਪੈ ਆਵਦਾ, ਸਕੇ ਤੋਂ ਸਕਾ ਕੋਈ ਹੱਥ ਨਹੀਂ ਉਲਾਵਦਾ। ਉੱਠ ਗਏ ਨੇ ਰਿਸ਼ਤੇ ਦੂਰ ਤਾਈ, ਫਿਰ ਹੋ ਕੇ ਮਜਬੂਰ ਆਖਰ ਫੱਟੇ ਤੇ ਪਾਇਆ ਏ, ਉਤਾਰ ਦੇ ਉਹ ਕੱਪੜੇ ਦੇ ਆਪ ਸੁਣਾਇਆ ਏ, ਕਿਸੇ ਦੇ ਦਿਲ ਜ਼ਰਾ ਤਰਸਨ ਆਇਆ ਏ, ਪੜਨ ਪੁਸ਼ਾਕ ਥਾਉ ਥਾਈ ਫਿਰ ਦੇ ਕੇ ਗੁਸਲ ਗਲ ਵਿੱਚ ਆ ਕਫਨੀ ਚਾ ਪਾਈ ਆ, ਲੈ ਓ ਬਾਬਾ ਤੇਰੀ ਅਯੋ ਹੀ ਕਮਾਈ ਆ, ਐਹੀ ਤੇਰੀ ਮੇਰੀ ਜ਼ਿੰਦਗੀ ਦੇ ਕਮਾਈਏ। ਇਨਮਾ ਯੁਰੀਦੁਲਲਾਹ ਹੁਣ ਯਜ਼ਹਿਬਾਉ ਅਨਕੁਮ ਰਿਜ਼ਾ ਹਲਲ ਬੈਦੇ ਵਾਯੋ ਤੰਹਰਾ ਕੁਮ ਤਤਹੀਰਾਉ। ਆਲੇ ਮੁਹੰਮਦ ਨੂੰ ਅੱਲਾ ਨੇ ਨਾ ਬੁਰਾਈਆਂ ਤੋਂ ਦੂਰ ਰੱਖਿਆ ਵੇ, ਆਲੇ ਮੁਹੰਮਦ ਨੂੰ ਪਾਕ ਕਿਉਂ ਕਿਹਾ ਵੇ, ਤੇਰੀ ਚ ਇਹ ਬੁਰਾਈਆਂ ਮੌਜੂਦ ਨੇ, ਤੂੰ ਆਪਣੀਆਂ ਬੇਟੀਆਂ ਦੇ ਹੱਕ ਖਾ ਰਿਹਾ ਵੀ, ਆਪਣੀਆਂ ਭੈਣਾਂ ਦੇ ਹੱਕ ਖਾ ਰਿਹਾ ਵੀ, ਮੇਰਾ ਨਬੀ ਹੋਵੇ ਹਰਮਾਇਆ ਪਾਤਮਾ ਦਾ ਦੁੱਖ ਮੇਰਾ ਦੁੱਖ ਏ, ਅੱਜ ਹੀ ਫੈਸਲਾ ਕਰ ਲਈ, ਇਹਨਾਂ ਭੈਣਾਂ ਦੇ ਹੱਕ ਨਾ ਮਾਰਿਆ ਕਰ, ਇਹਨਾਂ ਤੀਆਂ ਦੇ ਹੱਕ ਨਾ ਮਾਰਿਆ ਕਰ। ਵੀਰਾ ਤੈਨੂੰ ਪਤਾ ਹੀ ਨਹੀਂ ਇਹ ਦੁਨੀਆਂ ਦੁਨੀਆਂ ਹੀ ਨਹੀਂ ਗੀ, ਇਹ ਤੇ ਕਿਬਰਤ ਦਾ ਨਿਸ਼ਾਨ ਏ। ਜਗਾ ਜੀ ਲਗਾਣੇ ਕੀ ਦੁਨੀਆਂ ਨਹੀਂ ਹੈ, ਇਹ ਇਬਰਤ ਕੀ ਜਾ ਹੈ ਤਮਾਸ਼ਾ ਨਹੀਂ ਹੈ, ਮੱਕੀ ਹੋ ਗਏ ਲਾ ਮੱਕਾ ਕੈਸੇ ਕੈਸੇ ਨਿਸ਼ਾਨ ਹੋ ਗਏ ਬੇ ਨਿਸ਼ਾਨ ਕੈਸੇ ਕੈਸੇ, ਤੂੰ ਕਿਆ ਬਣ ਗਿਆ ਹੈ ਤੂੰ ਕਿਆ ਬਣ ਜਾਏ, ਤੂੰ ਸਭ ਬਣ ਕੇ ਵੀ ਤੂੰ ਕੁਛ ਬਣ ਨਾ ਪਾਏ। ਇਹ ਮਾਮਲੇ ਸਿੱਧੇ ਕਰ ਲਓ, ਫਿਰ ਆਲੇ ਬੈਤ ਨੂੰ ਮੰਨਣ ਦਾ ਪੈਦਾ ਹੀ, ਫਿਰ ਆਲੇ ਮੁਹੰਮਦ ਨੂੰ ਮੰਨਣ ਦਾ ਪੈਦਾ ਹੀ। ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ, ਮੇਰੇ ਜ਼ੁਮੇ ਬੜਾ ਪੌਜ਼ੂ ਪਿਆਰਾ ਹੋ ਨਾ ਜੀ, ਦੁਨੀਆਂ ਚ ਸ਼ਾਨੇ ਵਾਲੇ ਬੈਦ
और शहादत दोस्तों हुसैन लगाया ही। मैं दोस्तों बात समझाना आवे सुनिया जाले बैद दा नौकर बन जाओ वला तकूलु लिमन युक्तलु फी सबीलिल्लाह अम्मात जेडे अल्लाह दे रस्ते च मारे जांदे नहीं उहनां नूं मुर्दा गुमान नहीं करना बल्कि शहीद जिंदा है। मैं किन्ना दी शान बयान करना आवे जिन्हां दी मां फातिमा तो ज़ारा पाक दा शान है क्यों किया जांदा इन्हां नूं आले तहार अर्ज करना अपने बाबे नाल महवे गुफ्तगू नहीं अर्ज करना चाह रहा जिन्हां दी मां एडी हया वाली होवे पुत्र भी जन्नत दे सरदार जांदी है। फरमाया अबू जी अबू जी अबू जी फरमाओ मेरे लाल ओ मेरे जिगर दे टुकड़े मेरी बिटिया बोल बाबा हुक्म होवे तीए वखना मसला बन गया वे अचानक अपरा तफरी दा आलम फैल गया वे ए मेरे लाल जरा बोलते सही चलने दी आवाज आई है अबू जी किसे दे चलने दी आवाज आ रही है। फरमाया बेटी ओ ते अब्दुल्ला बिन उम्मे मक्तूम नबीना सहाबी आ रहा वे ओदे चलने दी आवाज आ रही है ओदी छड़ी दी आवाज आ रही है। सरकारे मदीना नु मानने वालो मुबर सादक नबी दा कलमा पढ़न वालो फरमाया अबू जी किसे दे चलने दी आवाज सुनाई दिती है। सरकारे मदीना ने फरमा बेटी हो ते नबीना सहाबी हजरत आए किथे सोना ला किथे ये कम करी को जरा यार कम रख थोड़ी अर्ज करना चाह रहा वे मेरे मदीने दे ताजदार हलीमा दे दर दा कलमा पढ़न वाले हो मुसलमान नू सरकारी इमाम लंबिया दा कलमा पढ़न वाले हो मुबर सादक नबी नाल मुहब्बत दा इजहार करन वाले हो। फरमाया मेरी बेटी बोल अबू जी किसे दे चलने दी आवाज सुनाई दिती है। फरमाया मेरी बेटी फातिमा हो नबीना सहाबी अब्दुल्ला बिन उम्मे मक्तूम आ रहा वे ओदे चलने दी आवाज आ रही है ओदी छड़ी दी आवाज आ रही है। फरमाया बाबा ओदे चलने दी आवाज आई है मैं छुप गई है। फरमाया बेटी ओ ते नबीना आ रहा वे मेरे नबी दी बेटी सिजदा फातिमा तुजारा फरमांदियां बाबा सही अल बुखारी च लिखे आवे फरिश्ते अल्लाह तो बढ़ के गैरतमंद कोई नहीं फरिश्ते मेरे मुहम्मद तो बढ़ के गैरतमंद कोई नहीं। बाबा मैं गैरतमंद बाप दी बेटी है गैरतमंद मां दा दुध पीता वे फरिश्ते अल्लाह तो बढ़ के गैरतमंद कोई नहीं फरिश्ते मेरे मुहम्मद तो बढ़ के हया वाला कोई नहीं। फरमाया बाबा मुहम्मद दी बेटी दा हया गवारा नहीं करदा फातिमा दी नजर किसे नबीने ते भी पै जावे हाजरा अपने अपने गिरे बहान च जांदीए कौन आले बैत नूं मंदा पियावे सिर्फ गली बाती नजगरा कर दे जे जी असी आले बैत नूं मनने आ जी आले मुहम्मद नूं अल्लाह ने पा के आए जिहड़ियां बुराइयां आले बैत च नहीं अज तेरे च बुराइयां मौजूद ने। अपनियां बेटियां दे रस्में हिना दे कार छुपाने वालो अपनियां बेटियां नूं मैरिज हाल अगे खड़ियां करके पूरी बरात ते फुल सटवाने वालो बरात दा इस्तकबाल कराने वालो अपनियां बेटियां दे रस्में हिना दे कार छुपा के गली दे अंदर अपनी इज्जत दा जलूस निकालने वालो अपनी गैरत दा जलूस निकालने वालो अपनियां बेटियां दे एल्बम बनाने वालो अपनियां बेटियां दी वीडियो फिल्मा बनाने वालो कैमरा मैन बुला के अपनियां बेटियां दी जनाबे लाओ तरह तरह दी तस्वीरां तरह तरह दे स्टाइलां च बनवाने वालो मैनूं दसो ते सही अज हाफिज अब्दुल रशीद साहब ने मेरे भाई हरहून साहब ने जकरिया साहब ने कितना प्यारा मौजू लगाया है कि शाने आले बैत बयान करनी है हाले मुहम्मद नु मानने वालो मेरा नबी पा दे मेरे नबी दा घराना पा दे अज अपने अपने गरेबान च जांगिए ए कौन सईदा फातिमा तुजारा वे सलामुल्लाह लिया सलावातुल्लाह लिया अर्ज करदा पिया दुनिया च मेला मेलियां दा यारा बेलियां दा नबी पीर वली इमाम दादे संग छड़ गए ने यारा बेलियां दा एक दिन असा भी मदनी टुर जाना कुंडा मार के इना हवेलियां दा सिजदा फातिमा तुजारा पाक छे महीने गुजर गए नहीं मेरे नबी करीम नु दुनिया तो गए फातिमा एक दिन भी मुस्कराई नहीं गई अली पाक फरमांदे ने एक दिन भी मैं सिजदा फातिमा नु मुस्करांदा नहीं वेख्या एक दिन भी सिजदा नु मुस्करांदियां नहीं वेखियां एक दिन भी चेहरे ते तबस्सुम नहीं आया इना बाबे दी जुदाई दा गामी सिजदा सलामुल्लाह लिया सलावातुल्लाह लिया जन्नत दी मलका फातिमा पाक फरमांदी
ਦੀਆਂ ਨੇ ਅਲੀ ਜੀ ਮੈਂ ਕਰਜ਼ ਕਰਾਂ ਮੇਰੀ ਮਰੂਜ਼ਾ ਨੂੰ ਮੰਨਿਆ ਜਾਏਗਾ ਫਰਮਾਇਆ ਜ਼ਹਰਾ ਬੋਲੋ ਫਰਮਾਇਆ ਪਤਾ ਨਹੀਂ ਜੀਣਾ ਕਿ ਮਰਨਾ ਹੀ ਜ਼ਿੰਦਗੀ ਦੇ ਸਾਹ ਬਾਕੀ ਹੈ ਕਿ ਨਹੀਂ ਹਰ ਇੱਕ ਮੈਂ ਅਰਜ਼ ਕਰਾਂ ਜਦੋਂ ਮੈਂ ਦੁਨੀਆਂ ਤੋਂ ਜਾਵਾਂ ਮੇਰੇ ਜਾਨ ਦਾ ਵੇਲਾ ਕਰੀਬ ਆ ਰਿਹਾ ਵੇ ਜਦੋਂ ਮੈਂ ਦੁਨੀਆਂ ਤੋਂ ਜਾਵਾਂ ਫਰਮਾਇਆ ਮੇਰਾ ਜਨਾਜ਼ਾ ਰਾਤ ਦੇ ਅੰਧੇਰੇ ਚਲ ਜਾਇਆ ਜੇ ਇੰਨਾ ਮਾ ਯੁਰੀਦੁਲਲਾਹੁ ਲਿਯਜ਼ਹਿਬਾ ਅਨਕੁਮ ਰਿਜ਼ਾ ਹਲਲ ਬੈਤੀ ਵਾਯੋ ਤੰਹਿਰਾ ਕੁਮ ਤਤਹੀਰਾ ਐਵੇਂ ਨਹੀਂ ਅੱਲਾ ਨੇ ਕਿਹਾ ਬੁਰਾਈਏ ਖਬਰਦਾਰ ਸਾਰੇ ਜਹਾਨ ਨੂੰ ਕਿਹਾ ਏ ਉਲਮਾਏ ਕਰਾਮ ਬੁਰਾਈ ਦੇ ਕਰੀਬ ਨਹੀਂ ਜਾਣਾ ਮੁਹੱਦਸੀਨ ਬੁਰਾਈ ਦੇ ਕਰੀਬ ਨਹੀਂ ਜਾਣਾ ਮੁਫੱਸਰੀਨ ਬੁਰਾਈ ਦੇ ਕਰੀਬ ਨਹੀਂ ਜਾਣਾ ਉਲਮਾਏ ਕਰਾਮ ਬੁਰਾਈ ਦੇ ਕਰੀਬ ਨਹੀਂ ਜਾਣਾ ਹਾਫਜ਼ੋ ਬੁਰਾਈ ਦੇ ਕਰੀਬ ਨਹੀਂ ਜਾਣਾ ਕਾਰੀਓ ਬੁਰਾਈ ਦੇ ਕਰੀਬ ਨਹੀਂ ਜਾਣਾ ਸੋਹਣਿਓ ਬੁਰਾਈ ਦੇ ਕਰੀਬ ਨਹੀਂ ਜਾਣਾ ਆਲਾ ਬੁਰਾਈ ਦੇ ਕਰੀਬ ਨਹੀਂ ਜਾਣਾ ਅਦਨਾ ਉਹ ਬੁਰਾਈ ਦੇ ਕਰੀਬ ਨਹੀਂ ਜਾਣਾ ਮੌਲਵੀ ਉਹ ਬੁਰਾਈ ਦੇ ਕਰੀਬ ਨਹੀਂ ਜਾਣਾ ਮੁਹੱਕਕ ਉਹ ਬੁਰਾਈ ਦੇ ਕਰੀਬ ਨਹੀਂ ਜਾਣਾ ਸਿਹਾਬੀ ਉਹ ਬੁਰਾਈ ਦੇ ਕਰੀਬ ਨਹੀਂ ਜਾਣਾ ਤਾਬੀ ਉਹ ਬੁਰਾਈ ਦੇ ਕਰੀਬ ਨਹੀਂ ਜਾਣਾ ਮਗਰ ਮੁਸਲਮਾਨੋ ਜਦੋਂ ਮੁਹੰਮਦ ਵਾਲੇ ਮੁਹੰਮਦ ਦੀ ਬਾਰੀ ਆਈਏ ਇੰਨਾ ਮਾ ਯੁਰੀਦੁਲਲਾਹ ਲਿਯਜ਼ਹਿਬਾ ਅਨਕੁਮ ਰਿਜ਼ਾ ਹਲਲ ਬੈਤੇ ਵਾਯੋ ਤੰਹਿਰਾ ਕੁਮ ਤਤਹੀਰਾ ਫਰਮਾਇਆ ਖਬਰਦਾਰ ਨਹੀਂ ਬੁਰਾਈਏ ਤੂੰ ਮੇਰੇ ਮੁਹੰਮਦ ਵਾਲੇ ਮੁਹੰਮਦ ਦੇ ਕਰੀਬ ਨਹੀਂ ਜਾਣਾ ਮੈਂ ਆਲੇ ਮੁਹੰਮਦ ਨੂੰ ਨਜਸ ਤੋਂ ਦੂਰ ਕਰਤਾ ਵੇ ਗਲਾਜ਼ਤ ਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਵੇ ਮੈਂ ਸਵਾਲ ਕਰਾਂਗਾ ਇੰਨੇ ਬੈਠੇ ਜੇ ਸਿੱਖਦਾ ਪਾਤਮਾ ਤੁਜ਼ਾਰਾ ਨੂੰ ਕਿੰਨਾ ਮੰਨਿਆ ਵੀ ਬੇਪਰਦਾ ਗਲੀਆਂ ਬਾਜ਼ਾਰਾਂ 'ਚ ਬੇਟੀਆਂ ਨੂੰ ਲਾਦੀ ਫਰਾਣੇ ਵਾਲੋ ਆਪਣੀਆਂ ਬੇਟੀਆਂ ਦੀਆਂ ਵੀਡੀਓ ਫਿਲਮ ਬਣਾ ਕੇ ਨਾਦੀ ਇੰਟਰਨੈਟ ਤੇ ਫੇਸਬੁੱਕ ਤੇ ਆਈਡੀ ਬਣਾ ਕੇ ਪ੍ਰੋਫਾਈਲ ਪਿਕਚਰਾਂ ਲਗਵਾਉਣੇ ਦੀ ਇਜਾਜ਼ਤ ਦੇਣੇ ਵਾਲੋ ਅੱਜ ਆਪਣੇ ਆਪਣੇ ਗਰੇਬਾਨ 'ਚ ਜੰਗੀਏ ਸਿੱਖਦਾ ਪਾਤਮਾ ਤੁਜ਼ਾਰਾ ਨੂੰ ਕਿੰਨਾ ਮੰਨਿਆ ਵੀ ਕਹਿੰਦੀ ਦੇ ਤੇ ਅਲੀ ਜੀ ਮੇਰਾ ਜਨਾਜ਼ਾ ਰਾਤ ਦੇ ਅੰਧੇਰੇ 'ਚ ਜਾਵੇ ਮੇਰੇ ਜਨਾਜ਼ੇ ਦੇ ਤਾਂ ਜੀ ਰਾਤ ਦੇ ਅੰਧੇਰੇ ਦੇ ਅੰਦਰ ਜਾਵੇ ਮੇਰੇ ਕਫਨ ਦੇ ਤੇ ਪੰਜਾਂ ਚਦਰਾਂ ਦਾ ਮੈਨੂੰ ਕਫਨ ਦਿੱਤਾ ਜਾਵੇ ਮੇਰੇ ਕਫਨ ਤੇ ਨਾ ਖਜੂਰਾਂ ਦੀਆਂ ਟਹਿਣੀਆਂ ਡਾਲਤੀਆਂ ਜਾਣ ਮੇਰੇ ਕਫਨ ਤੇ ਪੱਤੇ ਡਾਲ ਦਿੱਤੇ ਜਾਣ ਰਾਤ ਦੇ ਅੰਧੇਰੇ 'ਚ ਜਨਾਜ਼ਾ ਲਜਾਇਆ ਜੇ ਕੋਈ ਦੀਆ ਰੋਸ਼ਨ ਨਾ ਹੋਵੇ ਕੋਈ ਲਾਲਟਨ ਰੋਸ਼ਨ ਨਾ ਹੋਵੇ ਮੈਨੂੰ ਸਵਾਲ ਦਾ ਜਵਾਬ ਦਿਆ ਜੇ ਖੁੱਡੀਆਂ ਦੇ ਵਾਸੀਓ ਨਦਾਉਲ ਇਸਲਾਮ ਕਾਨਫਰੰਸ ਆਉਣੇ ਵਾਲੋ ਅੱਜ ਇਸਲਾਮ ਦੀ ਨਦਾ ਸੁਣ ਜਾਓ ਅੱਜ ਦੀਨ ਇਸਲਾਮ ਦੀ ਸਦਾ ਸੁਣ ਜਾਓ ਲੋਕੋ ਇਸਲਾਮ ਲੁੱਟਿਆ ਜਾ ਰਿਹਾ ਇਸਲਾਮ ਦੇ ਨਾਮ ਨੂੰ ਦਾਗਦਾਰ ਨਾ ਕਰ ਕਲਮੇ ਦੇ ਨਾਮ ਨੂੰ ਦਾਗਦਾਰ ਨਾ ਕਰ ਸ਼ਰੀਅਤ ਦੇ ਨਾਮ ਨੂੰ ਦਾਗਦਾਰ ਨਾ ਕਰ ਹਜ਼ੂਰ ਦੇ ਦੀਨ ਨੂੰ ਦਾਗਦਾਰ ਨਾ ਕਰ ਸਿਹਾਬਾ ਦੇ ਹਯਾ ਨੂੰ ਦਾਗਦਾਰ ਨਾ ਕਰ ਆਲੇ ਮੁਹੰਮਦ ਦੇ ਹਯਾ ਨੂੰ ਦਾਗਦਾਰ ਨਾ ਕਰ ਸੈਯਦ ਦੇ ਹਯਾ ਨੂੰ ਦਾਗਦਾਰ ਨਾ ਕਰ ਸੈਯਦਾਂ ਦੇ ਹਯਾ ਨੂੰ ਦਾਗਦਾਰ ਨਾ ਕਰ ਅੱਜ ਫਾਤਮਾ ਪਾਕ ਦੀ ਰੂਹ ਕੰਬਦੀ ਹੋਵੇਗੀ ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਕਿਹਾ ਹੈ ਮੈਂ ਆਲੇ ਮੁਹੰਮਦ ਦਾ ਮੰਨਣ ਵਾਲਾ ਹੈ ਮਗਰ ਆਪਣੇ ਆਪਣੇ ਗਰੇਬਾਨ 'ਚ ਜਾਂਦੀਏ ਆਪਣੀਆਂ ਬੇਟੀਆਂ ਨੂੰ ਟੀਵੀ ਲਾਉਣ ਜੰਗਰ ਟੀਵੀ ਲਗਾ ਕੇ ਬਿਠਾਉਣੇ ਵਾਲੋ ਐਲਸੀਡੀਆਂ ਲਗਵਾ ਕੇ ਦੇਣੇ ਵਾਲੋ ਆਪਣੀਆਂ ਬੇਟੀਆਂ ਨੂੰ ਈਮੋ ਵਟਸਐਪ ਫੇਸਬੁੱਕ ਦੇ ਉੱਤੇ ਆਈਡੀ ਬਣਾਉਣੇ ਦੀ ਇਜਾਜ਼ਤ ਦੇਣੇ ਵਾਲੋ ਜ਼ਰਾ ਸੋਚੋ ਨਾ ਜੀ ਜੇ ਮੈਂ ਡੈਵੋ 'ਚ ਵੇਖਾਂ ਤੇ ਔਰਤ ਦੀ ਹਕੂਮਤ ਜੇ ਮੈਂ ਵੀਰਾ ਕਨਾਬੀ ਆਪਰੇਟਰ ਵੇਖਾਂ ਤੇ ਲੜਕੀ ਬਣ ਗਈ ਹੈ ਜੇ ਮੈਂ ਬਾਜ਼ਾਰਾਂ 'ਚ ਮਸ਼ਹੂਰੀ ਦਿੰਦੀ ਵੇਖਾਂ ਤੇ ਲੜਕੀ ਵੇਖਦਾ ਵੀ ਜੇ ਅਖਬਾਰਾਂ ਤੇ ਵੇਖਾਂ ਤੇ ਲੜਕੀ ਵੇਖਦਾ ਵੀ ਪਬਲਿਕ ਸਿਟੀ ਦਾ ਜ਼ਰੀਆ ਵੇਖਾਂ ਤੇ ਲੜਕੀ ਤੇ ਔਰਤ ਨੂੰ ਦੇਖਦਾ ਵੀ ਹੱਬਾ ਦੀ ਬੇਟੀ ਨੂੰ ਦੇਖਦਾ ਵੀ ਆਦਮ ਦੀ ਔਲਾਦ ਨੂੰ ਦੇਖਦਾ ਵੀ ਹੱਬਾ ਦੀ ਬੇਟੀ ਨੂੰ ਦੇਖਦਾ ਵੀ ਡਰ ਖੁਦਾ ਦੇ ਕਹਿਰ ਤੋਂ ਅੱਜ ਮੇਰੀ ਤਕਰੀਰ 'ਚੋਂ ਇੱਕ ਨੁਕਤਾ ਲੈ ਜਾਈ ਆਲੇ ਮੁਹੰਮਦ ਵੀ ਪਾ ਕੇ ਉਹਨਾਂ ਨੂੰ ਆਲੇ ਤਿਹਾਰ ਕਿਉਂ ਕਿਹਾ ਏ ਉਹਨਾਂ ਇਹਨਾਂ ਬੁਰਾਈਆਂ ਦੇ ਕਰੀਬ ਜਾਣਾ ਪਸੰਦ ਨਹੀਂ ਕੀਤਾ ਬੁਰਾਈ ਨੇ ਉਹਨਾਂ ਦੇ ਨੇੜੇ ਆਉਣਾ ਪਸੰਦ ਨਹੀਂ ਕੀਤਾ ਮੇਰੇ ਰੱਬ ਨੇ ਪਾਬੰਦੀ ਲਾਈਏ ਖਬਰਦਾਰ ਆਲੇ ਮੁਹੰਮਦ ਦੇ ਕਰੀਬ ਨਾ ਵੀ ਮੇਰੇ ਨਬੀ ਦੇ ਖਾਨਦਾਨ ਦੇ ਕਰੀਬ ਨਾ ਵੀ ਸਿੱਖਦਾ ਪਾਤਮਾ ਤੁਜ਼ਾਰਾ ਵੱਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜਾ ਕੰਮ ਆਵਾਂ ਕਰਦੀਆਂ ਉਹ ਕਰਦੀਆਂ ਤੀਆਂ ਮਾਂ ਪ੍ਰਤੀ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਅਸਰ ਤੇ ਹੁੰਦਾ ਇਹਨਾਂ ਸਿੱਖਦਾ ਪਾਤਮਾ ਤੁਜ਼ਾਰਾ ਸਲਾਮ ਲਾ ਲਿਆ ਸਲਾਵਾਤ ਲਾ ਲਿਆ ਕਰੀਆਂ ਲਈ ਜੀ ਮੇਰਾ ਜਨਾਜ਼ਾ ਵੀ ਜਾਵੇ ਰਾਤ ਦੇ ਅੰਧੇਰੇ 'ਚ ਜਾਵੇ ਮੇਰੇ ਕਫਨ ਤੇ ਪੱਤੇ ਡਾਲ ਦੇ ਆ ਜੇ ਕੋਈ ਦੀਆ ਰੋਸ਼ਨ ਨਾ ਹੋਵੇ ਸਪੇਅਰ ਲੈਟ ਦਾ ਇੰਤਜ਼ਾਮ ਨਾ ਹੋਵੇ ਫਰਮਾਇਆ ਜ਼ਹਰਾ ਕਿਉਂ ਫਰਮਾਇਆ ਫਾਤਮਾ ਦਾ ਹਯਾ ਗਵਾਰਾ ਨਹੀਂ ਕਰਦਾ ਫਾਤਮਾ ਦੇ ਕਫਨ ਤੇ ਵੀ ਗੈਰ ਦੀ ਨਜ਼ਰ ਪੈ ਜਾਵੇ ਮਾਸ਼ਾਅੱਲਾ
अज अपने अंदर जरा जांकिए ते सही असी आले बैत नो सिर्फ गली बाती मनिया में इन्ना नीला लामा इकबाल ने कहा हम कौन है क्या है बखुदा याद नहीं अपने असलाफ की कोई अदा याद नहीं कर याद है तो कापर के तराने हैं याद नहीं याद तो मस्जिद की सदा याद नहीं बिनते हवा को नचाते हैं सरे में पर कितने संगदिल हैं कि रस्में हया याद नहीं मुझको तो यूं लगता है मुसलमानों तुमको सब कुछ तो याद है पर खुदा याद नहीं। आज देख लो सी कार कार जो कुछ हो रहा है बेटियां दे जो स्कूल जान दे अंदाज ने तवज्जो यार मेरे प्लीज भाई अर्ज करना चाह रहा मैं मेरे मदीने दे ताजदार नु मानने वालों मैं दोस्त अर्ज करदा पिया जड़ियां बुराइयां अज तेरे अंदर नहीं सिगदा पात्मा तुजारा दा करदार तेरे सामने आऊं अपने अंदर करदार पैदा करो अजीजा ने मन में जे क्या करना वे जाओ जालमो आले मुहम्मद दे दुश्मनो शिमर पली दुनिया दा कुत्ता सी इब्ने ज़ियाद दुनिया दा कुत्ता सी किदी धी नु दोस्ता कैदन बनाया वे फातिमा दी धी मैदाने करबला च कैदन बनिया ने मेरे नबी दी धोतरी कैदन बनी गई जिन्हां दे नाने दा शान आओ जरा ध्यान ना सुनिया जे जिन्हां दे नाने दे शान दा आलम आओ मौला अली पाक ऐदर करार ना जी अर्ज करना चाह रहा माले गनीमत दे अंदर हातम ताई दी बेटी नू लैके आ रहे ने जवान मर्दां च जवान ती खड़ी है आंदी वे जालमा हया कर एक कल्ला शेर अली दा अते दुश्मन सज्जे खब्बे अली का घर भी क्या घर है वो जिस घर का हर एक बच्चा जिसे देखो वही शेरे खुदा मालूम होता है आंदी वे जालमा हया कर दुनिया देते तेनू पता नहीं मैं कौन हूं मैदाने करबला दे अंदर लोगो दस मुहर्रम दा देनी जदो सैयद शहीद हो गए नी ना भी सैयद दे बच्चे शहीद हो गए नी इमाम मुस्लिम शहीद हो गए नी औनो मुहम्मद शहीद हो गए नी अबू बकर उमर उस्मान शहीद हो गए नी ये किन्ना दा नाम है सियाबा दे नाम ते हजरत हुसैन दे बच्चियां दा नाम ही दूसरियां बीवियां दे विचों त्यान करे आजे हसन हुसैन दे दोस्ता बच्चियां दे नाम आले मुहम्मद दे नाम असहाबे मुहम्मद दे नाम ते रखे दी असहाबे नबी आले नबी दे दुश्मन नहीं आले नबी असहाबे नबी दे दुश्मन नहीं खुदा राय तफरीक ना डालिया कर तकाबल ना करिया कर हर एक दा मकाम अपना अपना वे हर एक दा शान अपना अपना वे मेरी तगरी चो तेनु लफज मिलनगे के आले मुहम्मद दा करदार अपना लो आले बैद दा करदार अपना लो आंदी वे जालमा जान नहीं वे शिमर पली दा जान नहीं जिस नबी दी दोतरी नु कैदन बनाया वे मैं फातिमा दी धी आऊं वे मैं हैदरे करार दी धी आऊं वे नबी दी दोतरी है मेरे नाने दा करदार पड़े हातम ताई दी धी अदी इब्ने अभी हातम दी भैन सामने अली पाक लैके आए ने माले गनीमत दे अंदर लेके आए नी जदो जवान मर्दा च जवान धी खड़ी है सरकारे मदीना दी नजर पै गई है फरमाया गुलामो पीछे हट जाओ अपनियां अखां दे सामने पीछे हट जाओ आका ताडे मुनकर दी धी है ताडे दुश्मन दी धी है संगा च सब कुछ जायज हुंदा है सरकारे मदीना नू अपनी ज़ैनब दा परदेस याद आ गया अपनी बेटी दा परदेस याद आ गया मेरे कमली वाले महबूब ने वेख्या शाला कोई परदेस थीवे अते कख जिना थी बारे मेरे नबी नू अपनियां बेटियां दे दर्द याद सी जिन्हें बेटी नू दिल दा टुकड़ा क्या वे अर्ज करना चाह रहे तू ते साल साल अपनियां बेटियां नू ना मिले फिर भी तेरा दिल पत्थर है तू बेटियां दे हक खा जाए फिर भी तज्जद गुजारे फिर भी दाड़ियां रखियां फिर भी मत्थे ते स्टामा जिहड़े मरा पाई फिर भी बड़ा वड्डा तू दीन दा ठेकेदार हूं वेख मेरे नबी दे सामने हातम ताई दी धी खड़ी है गैर मुस्लिम दी धी खड़ी है सामने खड़ी है जदों कमली वाला महबूब आया हर मैं गुलामों पीछे हट जाओ आका ताडे मुनकर दी तीए ताडे दुश्मन दी तीए जंगा च सब कुछ जायज हुंदा वे सरकारी
मदीना ने काली कमली उतारी, इंज करके धी का सर कजे आए। हर मैं गुलामो धी काफर दी होवे, धी मुस्लिम दी होवे, तियां सब दियां सांझियां आउंदियां ने। मेरे नबी दियां अखां डुलन लग पईआं। हर मैं पसाना अज मेरे घर आईए, सखियां दे सखी कोल आईए। जे मेरे घर रवे तेनू फातमा जैसा प्यार दवांगा, फातमा तेनू भैन आला प्यार दवांगी। नबी कहंदी नहीं सोणिया, मैं अपने वीरे कोल जाना चाहनी है। शाला बिछड़ना वीर किसे दे ते ना हो न मान या बहना, जिस बहन दा वीर न खोई उसकी दुनिया तो लैना। अज आले मुहम्मद दा करदार तेनू किवें याद कराव, आले मुहम्मद दा शान किवें सुनाव। तेरे घर च तेरे कोलों तेरी भैन दी इज्जत महफूज लेंगी। अपनी भैन नू थप्पड़ मारना वे, अपनियां भैनां नू गालां करना वे, अपनियां भैनां दे हिस्से मार जाना वे, अपनियां भैनां नू गालां करना वे, भरा दियां कुड़ियां पुण देना वे। मगर आ तेनू मैं नक्शा दिखावां। हरमाया हातम ताई दी धी सामने खड़ी है, गैर मुसलम दी धी सामने खड़ी है, मुसलमाना दा नबी है। हरमाया गुलामों पिछे अड़ जाओ। हरमाया पसाना मेरे घर रवे, तेनू फातमा जैसा प्यार दवांगा, फातमा तेनू भैन आला प्यार देवेगी। कहंदी नहीं सोणिया, मैं अपने वीरे कोल जाना चाहनी है। सरकार नू अपनी ज़ैनब दे पेट च जिहड़ा ज़ालम दा नेज़ा लगा है बार बिन सवादा, ओ नेज़ा मेरे नबी नू याद आ गया। हरमाया दुनिया दे ते पसाना घबराना नहीं, मेरे नबी नू मानने वालो। मुसलमाना दे नबी ने फरमाया पसाना, तेनू माफ भी कीता रिहा भी कीता। लोगो असी हुसैन दी शहादत दे कायल हां, असी मजलूमा ने करबला दी शहादत दे कायल हां। असी हुसैन दी शहादत मजलूम मनने आ। उन्हां जालमां ने हुसैन नू जिहड़ा शहीद कीता वे, बड़ी बेदर्दी नाल शहीद कीता वे। आले मुहम्मद नू धोखे ना बुलाया वे, आले मुहम्मद नू बुला के वीरा धोखे दा निशाना बनाया वे। सुनो जरा ध्यान नाल, असी किवें मनने आ, आले बैत दा दर्द किवें मनने आ। जरा नक्शा सामने रखना चाहना, जिन्हां दी अलम जी नबी दा शान ए आ, उन्हां दी आल नू किवें कटिया गया वे। आओ जरा उन्हां दीयां बच्चियां नू किवें कैदन बनाया गया वे, जरा नक्शा समझाना चाहना। हातम ताई दी धी खड़ी कहंदी सोणिया इक ने की और कर दीती जावे। हरमाया जंगल बेला वे, सफर बड़ा लंबा है, मेनू सवारी दी लोड़ है। आपने फरमाया ऐना अली इब्ने अबी तालब जिया का हुक्म होवे। हरमाया अली इनू सवारी भी दे दीती जावे। सखियां दे बूए ते आई है, ये आंदी मैं सखी बाप दी बेटी है। अज सब तो बड़े सखी दे बूए ते आई है, इनू सवारी भी दे दीती जावे। ती दियां अखां चा सुआवे, आंदी वमा अरसलना का इल्ला रहमत लिल आलमीन। मेहरबाना एक मेहरबानी और कर दे। फरमाया बिटिया बोल, कहंदी सोणिया जंगल बेला सफर बड़ा लंबा है, जवानी सिर ते आओ, कोई इज्जत नू दागदार ना कर दे। मेरे नबी दी बेटी भी मक्क्यों कली चली सी, बेटियां वाले दा करदार सुन लाओ। मेरे नबी करीम दे सामने कह रही है, सोणिया जंगल बेला है सफर बड़ा लंबा, जवानी सिर ते आओ, कोई इज्जत नू दागदार ना कर दे। अपने गुलामां नू आर्डर जारी करो, जेड़े मेनू लै के आए ने मेनू छड़ के भी आवन। सरकार दियां अखां डुल पईआं। फरमाया गुलामो इनू पैन समझिया जे, इनू मां समझिया जे, इहदे वल अख चुके ना वेख्या जे, इनू तोड़ छड़ के आया जे। जदों काफला चलदा चलदा अदी दे दरे दौलत वल जा रहा है, यमन वल जा रहा, किते रात दियां रातां दा अंधेरा, किते जंगल बेले दा अंधेरा, किते सफर दा ना जी पड़ाओ, किते खैमियां दे पड़ाओ दा अंधेरा। वीरा महीनियां दा सफर चलदा चलदा काफला जां जी हातम ताई दे बूए ते जा रहा वे। जदों जवान मर्दां च जवान भैन वेखी, अर्ज करदा अदी दा दरे दौलत आ गया। कदी भैन वल वेखे, कदी अरबी सुल्ताना वल वेखे, कदी भैन वल वेखे, कदी अरबी सुल्ताना वल वेखे। कहंदा भैन होर गल्लां ते बाद चो करांगा, इन्ने मर्दां च रात भी गुजारीए,
ਜਿਵੇਂ ਤੁਸੀਂ ਸਨਾਟਾ ਛਾਇਆ ਸਿਰ ਨਹੀਂ ਹਿਲਦੇ ਪਏ ਮੈਂ ਵੇਨਾ ਜਿਵੇਂ ਪਰਿੰਦੇ ਬੈਠੇ ਨੇ ਏਡਾ ਮਜਮੇ ਚ ਰੂਹਾਨੀਅਤ ਤੇ ਮਮੀ ਤੇਰਾ ਤਸਲਸਲ ਨਾਲ ਅੱਜ ਗੁਫ਼ਤਗੂ ਕਰ ਰਿਹਾ ਵੇ ਦਿਲਾਂ ਦੇ ਅੰਦਰ ਆਵਾਜ਼ ਤੇਰੇ ਅੰਦਰ ਉਤਰਦੀ ਜਾਵੇ ਅੱਜ ਨਕਸ਼ਾ ਵੇਖ ਤੇ ਸਹੀ ਆਪਣੇ ਖਾਨਦਾਨ ਦਾ ਨਕਸ਼ਾ ਵੇਖ ਸਹੀ ਇਸਲਾਮ ਦਾ ਨਕਸ਼ਾ ਵੇਖ ਤੇ ਸਹੀ ਹਾਤਮ ਤਾਈ ਦੀ ਧੀ ਬੂਹੇ ਤੇ ਪਹੁੰਚੀਏ ਅਦੀ ਦੀਆਂ ਅੱਖਾਂ ਡੁੱਲ ਪਈਆਂ ਕਦੀ ਭੈਣ ਵੱਲ ਵੇਖੇ ਕਦੀ ਅਰਬੀ ਸੁਲਤਾਨਾ ਵੱਲ ਵੇਖੇ ਕਹਿੰਦਾ ਭੈਣ ਹੋਰ ਗੱਲਾਂ ਤੇ ਮੈਨੂੰ ਨਹੀਂ ਆਉਂਦੀਆਂ ਮੈਨੂੰ ਅੱਜ ਇੰਨੇ ਮਜਮੇ ਚ ਇੱਕ ਗੱਲ ਦਾ ਜਵਾਬ ਦੇ ਆ ਜੇ ਕਿਉਂ ਵੀ ਇੰਨਾ ਮਜਮਾ ਬੈਠਾ ਬਈ ਤਵੱਜੋ ਮੇਰੇ ਵੱਲ ਇੰਨਾ ਮਜਮਾ ਬੈਠਾ ਹਜ਼ਾਰਾਂ ਦਾ ਮੈਨੂੰ ਜ਼ਰਾ ਜਵਾਬ ਦੇ ਆ ਜੇ ਜਦੋਂ ਆਪਣੀਆਂ ਬੇਟੀਆਂ ਦੀਆਂ ਮਹਿੰਦੀਆਂ ਨਿਕਾਲਣੇ ਜਦੋਂ ਆਪਣੀਆਂ ਬੇਟੀਆਂ ਨੂੰ ਦੂਲੇ ਦੇ ਕੋਲ ਬਿਠਾ ਕੇ ਦੁੱਧ ਪਲਾਈ ਦੀ ਰਸਮ ਕਰਨੇ ਜਦੋਂ ਆਪਣੇ ਦੂਲੇ ਦੇ ਯਾਰਾਂ ਦੇ ਕੋਲ ਆਪਣੀਆਂ ਭੈਣਾਂ ਨੂੰ ਮਜ਼ਾਕ ਕਰਾਉਣੇ ਮੈਨੂੰ ਦੱਸ ਤੇ ਸਹੀ ਅੱਜ ਨਾਸਰ ਮਦਨੀ ਇਨਮਾ ਯੂਰੀਦੁਲਾਹੁ ਲਿਯੁਜ਼ਹਿਬਾ ਅਨਕੁਮ ਰਿਜ਼ਾਹਲ ਬੈਤੀ ਵਾਯੂ ਤੰਹਿਰਾ ਕੁੰਤ ਤਹੀਰਾ ਸੈਯਦ ਦਾ ਖਾਨਦਾਨ ਕਿਉਂ ਨਾ ਬਿਆਨ ਕਰੇ ਸੈਯਦ ਦਾ ਹਯਾ ਕਿਉਂ ਨਾ ਬਿਆਨ ਕਰੇ ਸੈਯਦ ਦਾ ਤਕਵਾ ਕਿਉਂ ਨਾ ਬਿਆਨ ਕਰੇ ਫਰਮਾਇਆ ਜਵਾਨ ਮਰਦਾਂ ਚ ਜਵਾਨ ਭੈਣ ਖੜੀ ਏ ਹਾਤਮ ਤਾਈ ਦਾ ਪੁੱਤਰ ਅਜੇ ਕਾਫਰ ਏ ਕਲਮਾ ਨਹੀਂ ਪੜਿਆ ਭੈਣ ਵੱਲ ਵੇਖਿਆ ਭੈਣ ਦੀਆਂ ਅੱਖਾਂ ਵੇਖ ਕੇ ਕਹਿੰਦਾ ਭੈਣ ਹੋਰ ਗੱਲਾਂ ਅੱਛਾ ਵੀ ਇੱਕ ਮਿੰਟ ਸਬਰ ਦੀ ਦੁਨੀਆ ਚੱਲੀਏ ਮੇਰੀ ਮੇਰੀ ਸਕੀ ਭੈਣ ਕਿਸੇ ਚੌਂਕ ਚ ਦੁਸ਼ਮਣ ਦੇ ਬੂਹੇ ਤੇ ਖੜੀ ਹੋਵੇ ਵੀਰਾ ਦੱਸ ਤਖੈਲਾਤ ਚ ਪਹੁੰਚ ਦਿਮਾਗ ਚ ਪਹੁੰਚ ਕੀ ਤੇਰੇ ਮੇਰੇ ਖਿਆਲ ਦਾ ਆਲਮ ਹੋਏਗਾ ਜਵਾਨ ਮਰਦਾਂ ਚ ਜਵਾਨ ਭੈਣ ਖੜੀ ਵੀਰੋ ਸੁਣੋ ਆਪਣੀਆਂ ਬੇਟੀਆਂ ਨੂੰ ਕੈਮਰੇ ਦੇ ਅੱਗੇ ਖੜੀਆਂ ਕਰਨੇ ਵਾਲੋ ਫਿਲਮਾਂ ਬਣਾਉਣੇ ਵਾਲੋ ਤੇਲਾਂ ਵੀ ਫੋਟੋ ਸੈਸ਼ਨ ਕਰਾਉਣੇ ਵਾਲੋ ਆਪਣੀ ਬੇਟੀ ਦੇ ਹੱਥ ਦੇ ਸਹਿਨ ਕਰਾ ਕੇ ਵੀਡੀਓ ਕੈਮਰੇ ਚ ਕੈਚ ਕਰਾਉਣੇ ਵਾਲੋ ਅੱਜ ਨਾਸਰ ਮਦਨੀ ਦੀਆਂ ਗੱਲਾਂ ਪੱਲੇ ਬਣ ਲਾ ਤੂੰ ਇਸਲਾਮ ਦਾ ਨਕਸ਼ਾ ਵੇਖਿਆ ਨਹੀਂ ਇਸਲਾਮ ਦੇ ਕਰੀਬ ਤੋਂ ਨਹੀਂ ਗੁਜ਼ਰਿਆ ਤੈਨੂੰ ਸਿਰਫ ਕਲਮੇ ਦਾ ਨਾਂ ਦਾ ਹੀ ਪਤਾ ਵੇ ਆ ਇਸਲਾਮ ਕਦੀ ਭੈਣ ਵੱਲ ਵੇਖੇ ਕਦੀ ਅਰਬੀ ਸੁਲਤਾਨਾ ਵੱਲ ਵੇਖੇ ਕਹਿੰਦਾ ਭੈਣ ਹੋਰ ਗੱਲਾਂ ਤੇ ਬਾਅਦ ਚੋ ਕਰਾਂਗਾ ਮੈਨੂੰ ਜ਼ਰਾ ਇਹ ਤੇ ਦੱਸ ਇੰਨੇ ਮਰਦਾਂ ਚ ਰਾਤ ਵੀ ਗੁਜ਼ਾਰੀਏ ਇੰਨੇ ਮਰਦਾਂ ਚ ਦਿਨ ਵੀ ਗੁਜ਼ਾਰਿਆ ਭੈਣ ਤੇਰੀ ਇੱਜ਼ਤ ਵੀ ਸਲਾਮਤ ਰਹੀ ਕਿ ਨਹੀਂ ਅੱਖਾਂ ਚਾਂ ਸੁਆ ਗਏ ਵੇ ਅਦੀ ਇੰਨੀਆਂ ਗੈਰਤਾਂ ਵਾਲਾ ਆਉਂਦਾ ਮੈਨੂੰ ਜੰਗਲ ਚ ਕੱਲਿਆਂ ਛੱਡ ਕੇ ਨਾ ਆਉਂਦਾ ਪਰ ਜੇ ਤੂੰ ਇਹਨਾਂ ਦੇ ਬਾਰੇ ਪੁੱਛਿਆ ਵੇ ਆ ਪੈਰਾਂ ਚ ਟੁੱਟੀਆਂ ਖੱਜੀ ਦੀਆਂ ਜੁੱਤੀਆਂ ਨੇ ਆ ਗਲ ਚ ਪਾਟੀਆਂ ਲੀਰਾਂ ਨੇ ਆ ਸਰ ਤੇ ਟਾਂਕੇ ਲੱਗੀਆਂ ਟੋਪੀਆਂ ਨੇ ਵੇ ਅਦੀ ਇੰਨਾ ਹਯਾ ਤੇ ਮੈਨੂੰ ਤੇਰੀਆਂ ਅੱਖਾਂ ਚ ਨਜ਼ਰ ਨਹੀਂ ਆਇਆ ਜਿੰਨਾ ਮੁਹੰਮਦ ਦੇ ਯਾਰਾਂ ਚ ਨਜ਼ਰ ਆਇਆ ਏ ਕਹਿੰਦਾ ਭੈਣ ਇਹਨਾਂ ਦੇ ਨਬੀ ਦੇ ਹਯਾਤ ਦਾ ਕੀ ਆਲਮ ਜੀ ਵੇ ਵੀਰ ਉਹ ਤੇ ਇੰਜ ਰੋਂਦਾ ਸੀ ਜਿਵੇਂ ਜਵਾਨ ਮਰਦਾਂ ਚ ਆਪਣੀ ਧੀ ਖੜੀ ਹੁੰਦੀ ਉਹ ਪਿਆਰ ਤੇ ਹਾਤਮ ਤਾਈ ਨੇ ਨਹੀਂ ਦਿੱਤਾ ਜਿਹੜਾ ਫਾਤਮਾ ਦੇ ਬਾਬੇ ਤੋਂ ਡਿੱਠਾ ਵੇ ਦੋਵੇਂ ਭੈਣ ਭਰਾ ਕਲਮਾ ਪੜ ਕੇ ਮੁਸਲਮਾਨ ਹੋਵੇ ਵੀਰੋ ਮੈਦਾਨੇ ਕਰਬਲਾ ਚ ਕਿੰਨਾ ਜ਼ੁਲਮ ਹੋਇਆ ਵੇ ਸਿੱਖਦਾ ਜ਼ੈਨਬ ਨੂੰ ਜਦੋਂ ਕੈਦਨ ਬਣਾਇਆ ਗਿਆ ਆਂਦੀ ਵੇ ਜ਼ਾਲਮਾ ਜਾਣਨਾ ਏ ਜਿਵੇਂ ਜਿਸਮ ਦਾ ਕਲਮਾ ਪੜਨਾ ਵੇ ਉਸ ਨਾਨੇ ਦੀ ਦੋਤਰੀ ਏ ਜਿਹਦੇ ਕੋਲ ਕਾਫਰ ਦੀ ਧੀ ਵੀ ਆਵੇ ਤੇ ਆਜ਼ਾਦੀਆਂ ਲੈ ਕੇ ਜਾਂਦੀ ਏ ਮੇਰਾ ਬਾਬਾ ਮੇਰਾ ਨਾਨਾ ਉਹਦੇ ਸਿਰ ਨੂੰ ਕੱਜ ਦਿੰਦਾ ਵੇ ਅੱਜ ਵੇ ਮੁਹੰਮਦ ਦੀ ਦੋਤਰੀ ਨੂੰ ਕੈਦਨ ਬਣਾਇਆ ਈ ਵੇ ਕਰਬਲਾ ਤੋਂ ਦੁਮੁਸ਼ਕਲ ਜਾ ਰਿਹਾ ਵੇ ਵੇ ਕਰਬਲਾ ਤੋਂ ਕੂਫੇ ਲਿਜਾ ਰਿਹਾ ਵੇ ਕੂਫੇ ਤੋਂ ਦੁਮੁਸ਼ਕਲ ਜਾ ਰਿਹਾ ਵੇ ਇੰਨਾ ਨਿਲਾ ਹੋਇਆ ਇੰਨਾ ਲਹਿਰਾਜ ਅਰਜ਼ ਕਰਨਾ ਚਾਹ ਰਿਹਾ ਜ਼ਰਾ ਨਕਸ਼ਾ ਦੇਖਦੇ ਸਹੀ ਮੇਰੇ ਨਬੀ ਪਰਵਾਹੁੰਦੇ ਨੇ ਮੈਂ ਜੰਨਤ ਚ ਚਾਤੀ ਮਾਰੀ ਉੱਥੇ ਇੱਕ ਕੰਜਰੀ ਵੀ ਫਿਰੇ ਸਿਆਬਾਂ ਦੇ ਸੋਹਣਿਆ ਜੰਨਤ ਤੇ ਗੰਜਰੀ ਦਾ ਸੀਰ ਕੀ ਏ ਅੱਲਾ ਮਾਫ ਕਰੇ ਮੈਂ ਪਾਕਿਸਤਾਨ ਚ ਵੇਖਿਆ ਏ ਅੱਲਾ ਜਾਣਦਾ ਇੱਕ ਦੂਜੇ ਚ ਇੰਨੇ ਹੈਬ ਤਲਾਸ਼ ਕਰਦੇ ਨੇ ਇੰਨੇ ਐਬ ਤਲਾਸ਼ ਕਰਦੇ ਨੇ ਜੇ ਕਦੀ ਇਹਨਾਂ ਰੱਬ ਨੂੰ ਯਾਦ ਕਰਨ ਲੱਪਣ ਇਹ ਵਲੀ ਅੱਲਾ ਹੋ ਜਾਣ ਲੋਕ ਪਰ ਇੱਕ ਦੂਜੇ ਚ ਵੀਰਾ ਨੁਕਸੀ ਹਰ ਵੇਲੇ ਤਲਾਸ਼ ਕਰਦੇ ਨੇ ਹਰ ਵੇਲੇ ਤਲਾਸ਼ ਕਰਦੇ ਮੀਆਂ ਸਾਹਿਬ ਪਰਮਾਂਦੇ ਨੇ ਬੰਦਾ ਮੈਂ ਲੱਭਣ ਟੁਰਿਆ ਤੇ ਮੈਨੂੰ ਪੂਰਾ ਲੱਭਾ ਨਾ ਕੋਈ ਜਦ ਮੈਂ ਅੰਦਰ ਛਾਤੀ ਪਾਈ ਤੇ ਮੇਥੋਂ ਪੂਰਾ ਨਾ ਕੋਈ
ਇੱਥੇ ਸਲਾਮ ਫਿਰਦਾ ਜਾਂਦਾ ਨਮਾਜ਼ੀ ਨਮਾਜ਼ੀ ਦੀਆਂ ਚੁਗਲੀਆਂ, ਕਈ ਐਡੇ ਅੰਤਰੇ ਜਿਹਦੇ ਮਗਰ ਪੜਦੇ ਉਹਦੀਆਂ ਵੀ ਕਰਦੇ ਨੇ। ਵੇਖ ਲਓ ਭਾ ਫਿਰ ਕੇ ਵੇਖ ਲਓ ਤੁਸੀਂ, ਜਿਹਦੇ ਮਗਰ ਪੜਦੇ ਉਹਦੀਆਂ ਵੀ। ਹਰ ਬੰਦਾ ਜਿੱਥੇ ਬੈਠਾ ਹੈ ਬਸ ਹਰ ਵੇਲੇ ਫਲਾਣਾ ਗੰਦਾ ਫਲਾਣਾ ਗੰਦਾ। ਮੈਂ ਕਹਿੰਦਾ ਜਿਹੜਾ ਕਿਸੇ ਚ ਬਹਿੰਦਾ, ਮੀਆਂ ਸਾਹਿਬ ਫਰਮਾਉਂਦੇ ਨੇ ਸ਼ੀਸ਼ ਮਹਿਲ ਵਿੱਚ ਕੁੱਤਾ ਵੜਿਆ ਤੇ ਉਸ ਨੂੰ ਸਮਝੇ ਨਾ ਆਵੇ, ਜਿਸ ਵੱਲ ਉਹ ਕੁੱਤਾ ਜਾਵੇ ਤੇ ਉਹਨੂੰ ਕੁੱਤਾ ਹੀ ਨਜ਼ਰੀ ਆਵੇ। ਤੇਰਾ ਬਾਬਾ ਬੁੱਲਾ ਕਸੂਰੀ ਕਹਿੰਦਾ ਹੈ ਬੁੱਲੇ ਨੂੰ ਲੋਕੀ ਮਤੀ ਦੇਵਣ ਤੇ ਜਾ ਵਿੱਚ ਮਸੀਤੀ, ਉਹ ਵਿੱਚ ਮਸੀਤਾ ਕੁਝ ਨਹੀਂ ਲੱਭਦਾ ਜੇ ਦਿਲੋਂ ਨਮਾ ਜਨਨੀਤੀ ਤੇ ਬਾਹਰੋਂ ਪਾ ਕੇ ਹੋਇਆ ਕੀ ਬਣਨਾ ਜੇ ਦਿਲੋਂ ਨਾ ਗਈ ਪਲੀਤੀ। ਇੱਥੇ ਜਿਹਦੇ ਕੋਲ ਮਰਜ਼ੀ ਬਹਿ ਜਾਓ, ਬਸ ਪੰਜ ਮਿੰਟ ਬਹਿ ਕੇ ਚਾਹ ਦਾ ਕੱਪ ਪੀ ਲਓ। ਕੱਪ ਪੀਂਦਿਆਂ ਪੀਂਦਿਆਂ ਜੇ ਤੈਨੂੰ 5000 ਕਿਸੇ ਦਾ ਐਬ ਨਾ ਗਣਾਏ ਤੇ ਮੇਰਾ ਨਾਂ ਵਟਾ ਦੇਵੀਂ। ਜੋ ਲੱਗਣਗੇ ਮੌਲਵੀ ਤੋਂ ਲੈ ਕੇ ਆਮ ਮੁਕਤੀ ਤੱਕ, ਕਿਉਂਕਿ ਇਹ ਨੇਕ ਤਬਕਾ ਹੈ ਨਾ, ਸਭ ਤੋਂ ਜ਼ਿਆਦਾ ਇਸ ਦੁਨੀਆਂ 'ਚ ਨੇਕ ਤਬਕਾ ਮੌਲਵੀਆਂ ਦਾ। ਤੁਸੀਂ 8-9 ਦਿਨ ਚੱਲ ਕੇ ਵੇਖ ਲਓ ਨਾਲ ਮੇਰੇ ਬਾਈਓ। ਮੈਂ ਸਾਰਿਆਂ ਦਾ ਵਾਸਤੇ ਮੁਸ਼ਤਰਕਾ ਬਾਤ ਕੀਤੀ ਹੈ ਕਿ ਇਸ ਦੁਨੀਆਂ 'ਚ ਅੱਲਾ ਦਾ ਬਲੀ ਵੇਖਣਾ ਹੋਵੇ ਉਹ ਮਸੱਲਾ ਰਸੂਲ ਤੇ ਇਮਾਮਤ ਕਰਨ ਵਾਲਾ ਦੀਨ ਦਾ ਆਲਮ ਵੇਖੋ, ਕਿਉਂਕਿ ਅੱਲਾ ਨੇ ਕਿਹਾ ਕਾਇਨਾਤ 'ਚ ਅਰਸ਼ ਦੇ ਨੀਚੇ ਸਭ ਤੋਂ ਜ਼ਿਆਦਾ ਮੇਰੇ ਕੋਲ ਡਰਨ ਵਾਲੇ ਲੋਕ ਨੇ ਤੇ ਉਹਨੂੰ ਆਲਮੇ ਦੀਨ ਕਹਿੰਦੇ ਨੇ। ਤੇ ਜਨਾਬ ਮੁਕਤਦੀ ਤੱਕ ਇਹੋ ਕੰਮ ਤੁਰਿਆ ਯਾਰ। ਦੇਖ ਲਾ, ਅਰਜ਼ ਕਰਨਾ ਚਾਹ ਰਿਹਾ, ਮੇਰੇ ਨਬੀ ਨੇ ਪਰਮਾਇਆ ਮੈਂ ਜੰਨਤ ਚਾਤੀ ਮਾਰੀ, ਫਾਸ਼ਾ ਔਰਤ ਪਈ ਤੁਰੇ, ਸੋਹਣਿਆ ਜੰਨਤ ਦਾ ਉਹਦਾ ਸੀਰ ਕੀ ਹੈ ਪੁੱਤਰ, ਧਿਆਨ ਕਰ ਇੱਧਰ ਧਿਆਨ। ਮੇਰੇ ਨਬੀ ਨੇ ਪਰਮਾਇਆ ਬੇ ਨਬੀ ਬੇਟਾ ਹੈ, ਪੁੱਛੋ ਗਈ ਕਿਵੇਂ, ਇਹ ਪੁੱਛੋ ਕਿਵੇਂ ਗਈ ਏ। ਲੋਕੋ ਬੰਦਿਆਂ ਨੂੰ ਅੱਲਾ ਨੇ ਸ਼ਾਨਾਂ ਦਿੱਤੀਆਂ ਏ, ਹਜ਼ਰਤ ਇਮਾਮ ਮਾਲਕ 40 ਸਾਲ ਮੇਰੇ ਨਬੀ ਦੇ ਮਸੱਲੇ ਤੇ ਇਮਾਮਤ ਕੀਤੀ ਏ। ਕਿੰਨੇ ਸਾਲ? 40 ਸਾਲ ਇਮਾਮ ਮਾਲਕ ਰਹਿਮਤੁੱਲਾ ਅਲੈਹ। ਹਜ਼ਰਤ ਇਮਾਮ ਹਸਨ ਨੇ 25 ਹੱਜ ਪੈਦਲ ਕੀਤੇ ਨੇ। ਕਿੰਨੇ? 25 ਹੱਜ ਇਮਾਮੇ ਹਸਨ ਰਜ਼ੀ ਅੱਲਾਹ ਤਾਲਾ ਨੇ ਪੈਦਲ ਕੀਤੇ ਨੇ। ਪੁੱਤਰ ਧਿਆਨ ਕਰੋ, ਇਹ ਗੱਲਾਂ ਨਾ ਕਰੋ, ਗੱਲ ਸੁਣੋ। 25 ਹੱਜ ਪੈਦਲ ਕੀਤੇ ਨੇ ਇਮਾਮੇ ਹਸਨ ਨੇ। ਕਿਸੇ ਨੇ ਪੁੱਛਿਆ ਜੀ ਤੁਸੀਂ ਸਵਾਰੀਆਂ ਵੀ ਰੱਖੀਆਂ ਨੇ ਤੇ ਸ਼ਹਿਜ਼ਾਦਾ ਰਸੂਲ ਜੇ ਤੁਹਾਨੂੰ ਵੇਖ ਕੇ ਹਜ਼ੂਰ ਦੀ ਸ਼ਕਲ ਯਾਦ ਆਉਂਦੀ, ਹਮ ਸ਼ਕਲ ਰਸੂਲ ਹੋ ਤੇ ਤੁਸੀਂ ਪੈਦਲ ਹੱਜ ਕਰਨ ਆਉਂਦੇ ਹੋ? ਕਹਿੰਦੇ ਨੇ ਮੈਂ ਇਸ ਵਾਸਤੇ ਆਉਣਾ ਹੈ ਕਿ ਸਭ ਤੋਂ ਵੱਡੇ ਸਖੀ ਸ਼ਹਿਨਸ਼ਾਹ ਦੇ ਦਰਬਾਰ 'ਚ ਚੱਲਣਾ ਹੈ, ਜਿੰਨਾ ਆਜ਼ੀ ਨਾਲ ਜਾਵਾਂਗਾ ਉਨੀ ਖੈਰ ਬਹੁਤੀ ਪਵੇਗੀ। ਅਤੇ ਇਹ ਆਲੇ ਮੁਹੰਮਦ ਦਾ ਕਰਦਾਰ ਸੀ। ਹਜ਼ਰਤ ਇਮਾਮੇ ਹਸਨ ਰਜ਼ੀ ਅੱਲਾਹ ਤਾਲਾ ਅਨਹੁ ਦੇ ਸਾਹਮਣੇ ਇੱਕ ਲੜਕਾ ਕੁੱਤੇ ਦੇ ਮੂੰਹ 'ਚ ਇੱਕ ਬੁਰਕੀ ਪਾਵੇ, ਇੱਕ ਆਪਣੇ ਮੂੰਹ 'ਚ ਪਾਵੇ, ਇਮਾਮੇ ਹਸਨ ਦੀ ਨਜ਼ਰ ਪਈ, ਵੇਖ ਕੇ ਪ੍ਰੇਰਨਾ ਕਹਿੰਦੇ ਯਾਰ ਬੰਦਾ ਬੜਾ ਗੁੱਡ ਤੇ ਬੰਦਾ ਕੌਣ? ਨੌਕਰ, ਬਾਗ ਦਾ ਨੌਕਰ, ਉਹ ਇੱਕ ਕੁੱਤੇ ਦੇ ਮੂੰਹ 'ਚ ਬੁਰਕੀ ਪਾਏ ਇੱਕ ਆਪਣੇ 'ਚ। ਇਮਾਮ ਹਸਨ ਕੋਲ ਗਏ, ਕਹਿੰਦੇ ਵੀ ਤੇਰਾ ਇੱਥੇ ਕੀ ਕੰਮ ਹੈ? ਕਹਿੰਦੇ ਜੀ ਮੈਂ ਗੁਲਾਮੀ ਕਰਨਾ ਇਸ ਬਾਗ ਦਾ ਮਾਲਕ ਦਾ ਨੌਕਰ। ਉਹਦੇ ਬਾਗ ਦੇ ਮਾਲਕ ਨੂੰ ਕਹਿੰਦੇ ਨੇ, ਕਹਿੰਦੇ ਨੇ ਜਿੰਨੇ ਪੈਸੇ ਲੈਣੇ ਨੇ ਐ ਗੁਲਾਮ ਮੇਰੇ ਕੋਲ ਆਜ਼ਾਦ ਕਰਾ ਲਾ। ਉਹਨੂੰ ਪੈਸੇ ਦਿੱਤੇ, ਗੁਲਾਮ ਆਜ਼ਾਦ ਕਰ ਦਿੱਤਾ। ਕਹਿੰਦੇ ਨੇ ਬਾਗ ਕਿੰਨੇ ਦਾ ਏ? ਕਹਿੰਦੇ ਜੀ ਇੰਨੇ ਦਾ ਏ। ਹਜ਼ਰਤ ਇਮਾਮੇ ਹਸਨ ਨੇ ਬਾਗ ਖਰੀਦ ਕੇ ਤੇ ਉਸ ਮੁੰਡੇ ਨੂੰ ਦਿੱਤਾ, ਉਸ ਗੁਲਾਮ ਨੂੰ ਦਿੱਤਾ, ਜਿਹਨੇ ਨਾ ਜੀ ਇੱਕ ਬੁਰਕੀ ਉਹਦੇ ਮੂੰਹ 'ਚ, ਇੱਕ ਉਹਦੇ ਮੂੰਹ 'ਚ। ਕਹਿਣ ਲੱਗੇ ਬਈ ਤੂੰ ਇਹਨੂੰ ਬੁਰਕੀ ਕਿਉਂ ਪਾਉਣਾ? ਕਹਿੰਦੇ ਜਨਾਬ ਮੈਨੂੰ ਇਹਦੇ 'ਤੇ ਰਹਿਮ ਹੁੰਦਾ ਹੈ, ਇਹ ਬੇਜ਼ਬਾਨ ਏ, ਇੱਕ ਬੁਰਕੀ ਮੈਂ ਖਾਣਾ ਏ ਕਿ ਖਾਣਾ ਏ? ਇਮਾਮੇ ਹਸਨ ਫਰਮਾਉਂਦੇ ਨੇ ਤੂੰ ਗੁਲਾਮ ਹੋ ਕੇ ਇੰਨਾ ਸਖੀ ਏ ਤੇ ਮੈਨੂੰ ਤੇ ਮੇਰੇ ਮੁਹੰਮਦ ਨੇ ਜੰਨਤ ਦਾ ਸਰਦਾਰ ਆਖਿਆ ਹੈ। ਹਜ਼ਰਤ ਇਮਾਮੇ ਹਸਨ ਨੇ ਉਹ ਗੁਲਾਮ ਨੂੰ ਆਜ਼ਾਦ ਵੀ ਕਰਾਇਆ ਤੇ ਨਾਲ ਉਹ ਜਿਹੜਾ ਬਾਗ ਸੀ ਉਹਦਾ ਮਾਲਕ ਵੀ ਉਹਨੂੰ ਬਣਾ ਦਿੱਤਾ, ਉਹ ਲਖਰੀਦ ਕੇ ਉਹਨੂੰ ਦੇ ਦਿੱਤਾ। ਤੇ ਸਾਨੂੰ ਅਸੀਂ ਨਮਾਜ਼ ਪੜ੍ਹ ਕੇ ਨਿਕਲੀਏ ਜੁੱਤੀ ਲੱਭਣੀ ਪੈਂਦੀ ਹੈ, ਕੋਈ ਲੈ ਤਾਂ ਨਹੀਂ ਗਿਆ? ਉਹ ਬੋਲੋ ਤੇ ਸਹੀ ਆ, ਇਹੋ ਗੱਲ ਹੀ ਆ ਤੁਹਾਡੀਆਂ ਨਹੀਂ ਆਈ ਗਵਾਚ ਦੀਆਂ? ਕੋਈ ਤੁਹਾਨੂੰ ਤੇ ਉਹਨਾਂ ਨੇ ਕੁਰਸੀਆਂ 'ਤੇ ਬਿਠਾਇਆ ਹੈ? ਅੱਲਾ ਭਾਈ ਰੂਨ ਨੂੰ, ਭਾਈ ਅਬਦੁਲ ਰਸ਼ੀਦ ਸਾਹਿਬ ਨੂੰ, ਜ਼ਕਰੀਆ ਸਾਹਿਬ ਨੂੰ ਜਜ਼ਾ ਦੇਵੇ। ਤੋ ਗਰਜ਼
मैं जनाब गल करना चाह रहा तकरीर दन चो इजाजत चाहवांगा मैं लंबा सफर करना पहुंचना वी ये ते भाई अशरफ साहब मेरे भाई अरुण साहब ने इसरार किया सी अब्दुल रशीद साहब ने कि तुसी पहली तकरीर करके चले जाना हालांकि मैं सियालकोट दे इलाके च प्रोग्राम दिता उधर दो तीन कर सकदा सां कल मैं चार कीते नहीं मगर मुहब्बत दा नबी मियार आऊ मेरे नबी दी नाल दा मुहब्बत दा मियार आऊ कि इन्ना मजमा इकट्ठा होया सब मदीने वाले दी नौकरी करन वास्ते आया ते मैं वी तैनूं अज एक अपनी तकरीर च नुक्ता समझाया इन्ना मां योरी दुल्ला हुन यजहे बाओ अनकुमर रिजसाहल बैते वायु तंहेरा कुम तहीरा आले मुहम्मद नू अल्लाह ने पा के आए कहंदी वे जालमा वे मैं नबी दी दोतरी आऊं वे मैनू कैदन बनाया वी वे हया कर मेरा बाबा ओई मेरा नाना होवे जिदे कोल काफर दी ती कैदन बन के आवे मेरा नबी आजाद कर दावे ओ कलमा पढ़ के मुसलमान हो जांदी है उधर सरकार ने फरमाया उन्हें वेख्या गुल्लर नू पानी पियाया कपड़े दी लज बनाई जुत्ती दा बोका बनाया उस दौर दी कंजरी दे सिर ते दुपट्टा सी अज बीबियां दे सिर ते दुपट्टे उतर गए धरने चो दुपट्टे उतर गए लौंग मार्च चो दुपट्टे उतर गए सियासतदानां दे मुजरियां दे विचों सारियां सियासी पार्टियां दे वीरां जलसियां दे विचों औरतां दे सिरां दे दुपट्टे उतर गए जे मैं गड्डियां च वेखां दुपट्टे उतर गए जहाज च वेखां सिरां तों दुपट्टे उतर गए महकमियां च वेखां सिरां तों दुपट्टे उतर गए उस दौर दी कंजरी ने सिर तों कपड़ा उतारिया कपड़े दी लज बनाई जुत्ती दा बोका बनाया खूह चो पानी कढ के उस गुल्लर दे मुंह नूं लाया अरश वाला कहंदा कंजरीए तू गुनाहगार हो के मेरी बेजबान ते मखलूक ते रहम खाता वे मैं तेरे ते रहम क्यों ना खावां मैं खंजीर इबने ज़ियाद दा की ना लवां शिमर पलीद दा की ना लवां लोको ओ कुनिया दे ते इबने ज़ियाद ना लो ओ कंजरी चंगी रही शिमर पलीत ना लो ओ कंजरी चंगी रही जड़ी कुत्ते दे बच्चे ते रहम खा के ओनू पानी पिया के जन्नत खट गई उन्हां लोकां दा तज़करा की करां जिन्हां कूफियां ने मेरे नबी दी आल नूं प्यासा शहीद कर दिता आले मुहम्मद नूं प्यासा शहीद कीता वे हौज़े कौसर दे वारसां नूं प्यासा शहीद कीता वे फातिमा दे बच्चियां नूं प्यासा शहीद कीता वे मेरे नबी दे दोतरे नूं प्यासा शहीद कीता वे मेरे नबी दे पुत्र नूं प्यासा शहीद कीता वे हुसैन नूं मेरा नबी बेटा क्या करदे सी अपना फुल क्या करदे सी तीन दिन दे तेरे आए सैयद हुईयां सब दियां खुशक ज़बानां फिर भी वध वध दित्तियां जाना मेरे गाज़ियां शेर जवाना अली का घर भी क्या घर है वो जिस घर का हर एक बच्चा जिसे देखो वही शेरे खुदा मालूम होता है आखिरी लफ्ज़ां ते तपा करांगा इन्ना मा युरीदुल्लाहु लियुज़हिबाहु अनकुम रिज़्ज़ा हलल बैती वायु तंहेराकुम तत्हीरा दस मुहर्रम दी रात आओ जदों इमाम अंबिया दा नवासा मितानी करबला दे अंदर किते इमामे कासम दी लाश पड़ी है अब्बास दी लाश पड़ी है ना जी 6 महीने दे बचड़ाओ अली असगर दी लाश पड़ी है हजरत कासम दी लाश पड़ी है अकबर दी लाश पड़ी है अबू बकर उमर उस्मान दी लाश पड़ी है सैयद दे बच्चियां दी लाशां देखियां ने खैमियां च दाखल होए ने हरमाया मेरी बहन ज़ैनब जाननी है अम्मी फातिमा दा दुध पीता वे जाननी है अम्मी फातिमा दा हया की सी हरमाया जदों दुनिया तो जान लगियां सी कहन लगियां अली मेरा जनाजा रात दे अंधेरे च जाए कौन कहता है आले मुहम्मद तक करदार दादार अज दा मुल्ला हुसैन ते जरा करन लग्या हजार वार सोचे जिन्नू कुरान पाक कवे जिदी सोच ते शक करना वे जिदे फैसले ते शक करना वे ओनू कुरान ने पाक के आवे अज दा मौलवी जुमा जुमा अठ दिन अज जम्मी गिदड़ी कल होया वे आओ तू पाकिस्तान च अजमिया दे घर च जम के तू अरबी हुसैन ते जरा करना वे उस हुसैन ते जरा करना है जिन्हों मेरा नबी जन्नत दा सरदार कवे जिन्हों मेरा नबी अपने कंधियां ते बिठावे जिदे पुशत ते सवार हुसैन होवे मेरा नबी सजदा लंबा परमा दे अज मौलवी पाकिस्तान च उठ के हुसैन पाक ते जरा करे हुसैन करबला लैन की गया जी शर्म कर जिदे नाने दे मिंबर ते बैठना है ओदे ते जरा ना कर तेनू हया नहीं आंदा हुसैन होवे जिहड़ा अपने नाने दियां अखां दा तारा सी अपने नाने दे दिल दी बहार सी अपने नाने दियां अखां दा तारा सी मेरे नबी करीम नू मानने वालो जिन्नू मेरे नबी ने कहा लैओ मेरे प्यारिया सला दिओ अपने नाने दी जबान चूस के प्याज खत्म कर लो तेरे नाने कोल तेरा
प्यासा रहना बर्दाश्त नहीं होता। ओ हुसैन दी शान की है, आ तेनू मैं दसा साडी शान दोस्ता आम नहींगी। असी आले बैत दे नौकर आ, तकरीर दा नचोड़ इजाजत चाहवांगा। अर्ज करना चाह रहा वे हरमाया मेरी भैन, वेखो लोको करबलाज सैयद ने अपनिया बचिया अपने बच्चे कुनबा कवा लिया, पर नाने दे दीन ते आंच नहीं आन दिती, शरीयत ते आंच नहीं आन दिती, हया नूं दागदार नहीं कीता। कौन कहता है कि जी खुशी दे मौके ते तियां नचाउणियां जायज़ ने, खुशी दे मौके ते वीडियो बनाउणी जायज़ है, खुशी दे मौके ते इंज करना जायज़ है। वह तेरिया गमियां च वी आले मुहम्मद का या नहीं, तेरिया खुशियां च आले मुहम्मद का या नहीं। हरमाया मेरी भैन फातमा जाननी है, अम्मी फातमा का जनाजा रात दे अंधेरे च गया जी। हरमाया मेरी भैन कल जदों हुसैन की लाश करबला च वेखी, वेखी कितने पर्दादारी दा दाग ना लगे। हरमाया कल कयामत नूं साडी मां फातमा नूं कोई ये ना कह देवे जिदे जनाजे ते कफन ते भी नजर नहीं पई, ओदी धी करबला च बेपरदा वेखीए। हुसैन पाक ने आखरी आवाज अपनी बेटी अपनी भैन नूं कीता वे, हरमाया करबला च बेपरदा खैमियां तो बाहर नहीं आना। अर्ज करना चाह रहा वे इस वास्ते मैं बरमला कमांगा, सैयद होवे जिहड़ा आले मुहम्मद दे हया नूं अपनांदा है, आले मुहम्मद नूं मनदा है, जिहड़ा आले बैत दे करदार नूं मनदा वे। मैं कहना कोई धी नहीं मुहम्मद दी धी वर्गी, बेशक फातमा किसे दा ना होवे जम्मी पली, जड़ी नूरी पर्दियां वेचे जिदे सर ते नबूवत दी छां होवे, मदनी हैदरे करार दी होवे बीवी ते हसन हुसैन दे मां होवे। एवें ते नहीं जानदा जमाना हुसैन नूं बड़िया शाना, मालाए ना ना हुसैन दा बड़े बड़े हसीन जा बाजियों सब किते होंगे रब्बे जुलजलाल पैदा। अपनी कैम मिसाल कर गए जिदी होनी ने कोई मिसाल पैदा, मदनी मामा भी होनगियां घर घर होंदे रहनगे घर घर बाल पैदा, मगर फातमा जई होनी नी मां विच दुनिया, हुसैन जै नहीं होने लाल पैदा। मैं क्यों ना कहंदा जावां, मैं पुकारू जिंदाबाद, तुम पुकारू जिंदाबाद, सब पुकारे जिंदाबाद, भर पुकारे जिंदाबाद, बहर पुकारे जिंदाबाद, कुरान पुकारे जिंदाबाद, हदीस पुकारे जिंदाबाद, बुखारी पुकारे जिंदाबाद, मुस्लिम पुकारे जिंदाबाद, मौता पुकारे जिंदाबाद, तलबा पुकारे जिंदाबाद, आलिम पुकारे जिंदाबाद, अर्श पुकारे जिंदाबाद, फर्श पुकारे जिंदाबाद, सैयद पुकारे जिंदाबाद, सहाबी पुकारे जिंदाबाद, खलीफा पुकारे जिंदाबाद, मैं पुकारो जिंदाबाद, तुम पुकारो जिंदाबाद, हुसैन जिंदाबाद, हुसैन जिंदाबाद, तू कल भी जिंदाबाद था, तू अब भी जिंदाबाद है। मगर मैं बरमला कमांगा, आले मुहम्मद नूं मनदा है, आले बैत नूं मनदा वे, जिहड़ा आले बैत दे हया नूं अपनांदा है। अज वेखना सैयदा फातमा दे कफन ते गैर दी नजर नहीं पई, अज घर घर वेख लो, बाजार बाजार वेख लो, मोबाइल ते अपनियां बेटियां दियां प्रोफाइल पिक्चरां लगाईयां जा रहियां है। औरत दा माना परदा है, कुरान गवाही दे रहे आए, औरत नूं रखो परदे च, इस्लाम दुहाई दे रहे आए, जिस अंदर वड़ के बहना सी रोज जियो ते आ रही है, जिस अंदर वड़ के बहना सी टेबल टॉक करा रही है, जिस अंदर वड़ के बहना सी जीन दियां पैंटा पा रही है, जिस अंदर वड़ के बहना सी फैशनी वाल कटा रही है, जिस अंदर वड़ के बहना सी हलियां बाजार सजा रही है, जिस अंदर वड़ के बहना सी वोट मंगन नूं
जारीए जैसे अंदर वड़ के बैना से तरने खूब सजारीए जैसे अंदर वड़ के बैना से मलाला बंदी जारीए जैसे अंदर वड़ के बैना से गलियां बाजार सजारीए जैसे अंदर वड़ के बैना से वोट मंगन जारीए जैसे अंदर वड़ के बैना से तवीज लिखाउन जारीए जैसे अंदर वड़ के बैना से ब्यूटी पार्लर चला रहीए जैसे अंदर वड़ के बैना से मैच वेखन जारीए जैसे अंदर वड़ के बैना से प्रोफाइल पिक्चर लगा रहीए जैसे अंदर वड़ के बैना से फेसबुक आईडी बना रहीए जैसे अंदर वड़ के बैना से मलाला बंदी जारीए मैनू आंदे ने मदनी बोली ना ए उम्मत तरक्की ते जारीए बगैरती दा नाम तरक्की रखने वालो बेहयाई दा नाम तरक्की रखने वालो जे किसे तरक्की देखनी है इज्जत वेखनी हया वेखना है ते करबला च वेख सैयद दी बेटी ने वीरां दे सर नेजे चढ़े वेखे पर सैयद ने पर्दे दारी नू दाग नी लाया आले मुहम्मद ने कोई हया दा तकद्दस पमाल नहीं कीता और खाली असी कहना ही सीखे जी आले तहार है जी पाकां दी आल ते सलाम है ओए आले मुहम्मद नू ते पाक कुरान ने कहा हदीस ने कहा मेरे नबी ने कहा है तू भी कोई पाकां वाला काम करके वहा तू भी उन्हां पाकां दे नक्शे कदम ते चल के ते वहा काम सारे पलीतां वाले रोज कहना जी यही आले मुहम्मद नू मन आले मुहम्मद नू ओ मनदा है जेड़ा आले मुहम्मद दे नक्शे कदम ते चलदा है इसलिए मैं कहया है मेरा हादी मेरा मुर्शिद जेड़ा नबी पाक नू मुर्शिद मनदा मां दे दुध दे जोर ना पड़ना है जेड़ा बेमुर्शिदा बिल्कुल ना पड़े तू एक बरा कह दे कयामत नू मेरे नबी ने एक बरा कहता मेरा मरीद ते गल बन जानी है मेरा हादी लबी गज के फखर नाल कहना है मेरा हादी बिलाल तबसम सारिया मिलके कह मेरा हादी मेरा मुर्शिद हसनैन दा ना ना ए सारे मिलके अपने मुर्शिद दा तारीफ करा दो मेरा हादी मेरा मुर्शिद हाथ खड़े करके हसनैन दा नहीं नहीं मजा नहीं आया जेड़ा नबी पाक नू मुर्शिद कहन तो शर्मांदा है उनू ए शर्म जन्म नू ले जानी क्योंकि मेरे नबी तो वध कोई मुर्शिद नहीं एकरा पीर खाने दा जिक्र करिए पीर भाईओ जरा गज के बोलना है और एनी उची बोलना है कि कयामत नू ए नदाउल सलाम दियां फजामा ते कंधा गवाह बन जान रब्बा एना किया सी साडा पीर खाना मुहम्मद करीम दी जात है लभी सारे स्टेज तो आसे पास आवाज आए मेरा हादी मेरा मुर्शिद हसनैन दा कुर्सी च नशा बड़ा होंदा पर अज कसमे मर जाना मना मुंह मिट्टी कबर ते पा दे अगलिया कहना हो गया किसे तेरे नाल नहीं जाना कबर चला रसूल दा प्यार कम आना चलिया किन्ना ली बोलना जिन्ना तेरे वास्ते नहीं बोलना मेरे नबी वास्ते बोलिया कर मेरा नबी तेरे वास्ते ओदों बोलेगा जदों कयामत नू तेरे वास्ते कोई नहीं बोलेगा नबी मिलके आवाज जड़े खड़े ने सारे सज्जे खब्बे अपने अपने मुर्शिद दी खातर जोर लाउणा है मेरा हादी मेरा मुर्शिद हसनैन दा स्टेज वाले नहीं बोले लगदा हजूर नाल प्यार नहीं मिलके पढ़ना मुर्शिद दा जिक्र है क्योंकि ये लोड़ पैनी है तानू चूनिया खुडिया ठीक मोड़ लोकी पुछदे तुहाडा पीर खाना केड़ा है ओ बे मुर्शिद जे तुसी कहना है मेरा हादी मेरा मुर्शिद हसनैन दा मैनू एक बंदा आंदा मौलवी जी तुसी किथे बह जे मैं कह मैं दसांगा बाद चो पहलो तू दस है मैं कसूर बह ते मैं कह किन्ने मरीद है 50,000 मैं कह बस कहिंदा लख मैं कह बस कहिंदा 2,00,000 मैं कह बस कहिंदा करोड़ मैं कह बस कहिंदा 10 करोड़ मैं कह बस कहिंदा अपनी भी दसो मैं कह मैं बहती उत्थे हां जिथे कयामत तक मरीदां दी बस होनी कोई नहीं वध ही जाने कयामत तक मरीद मिलके कहना किछे जे मैं क्या नौकर मेरे मुर्शिदी दा गज के नौकर मेरे मुर्शिदी दा है सारा जमाना ए ओदी गल ना करे जेड़ा
गल भी ना सुनिया जे असा अपने बच्चियां नू एहो सबक पढ़ाउणा ए। जेड़े अपने बच्चियां नू याद कराउणगे कि साडा मुर्शिद खाना मुहम्मद करीम है, हाथ खड़े करके जरा वादा करो पकी लो। लो जी माशाल्लाह माशाल्लाह माशाल्लाह, मिलके पढ़ना है असा अपने। और बच्चियो बच्चे भी पढ़, बच्चियां वाले भी पढ़, बच्चे भी पढ़ गां ताडे भी बच्चे होने ने, होने ने ना। हाँ बिल्कुल होने, मिलके पढ़ना असा अपने बच्चियां नू, मिलके असा अपने जे काज मजमे च बे औलाद बैठा है इंशाल्लाह इंशाल्लाह हदीस पढ़िए मैं नबी पाक दे जेड़ा अल्लाह दी कसम उठा के दुआ मंगे अल्लाह दी गल पूरी कर देंदा है। मैं पैदा करन वाले दी कसम उठाना है इंशाल्लाह 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 बे औलाद इस मजमे च अज कह दे कि मैं अपने पुत्र नू अपनी धी नू नबी पाक दा मरीद बनन दी दावत दवांगा। अल्लाह नू पुत्र देवेगा इंशाल्लाह देवेगा। खड़ो मिलके मेरा हादी मेरा मुर्शिद हसनैन दा ए नौकर मेरे मुर्शिद दा है सारा मैं तो जी मेरा मुर्शिदी सोना ते असा सोने दे संग लाई सदके जावा ओना सोने कोल ते जिन्ना कुछ नाली नभाई